ਲੱਤੋਂ ਲੰਗਾ ਬੈਲ ਹੋ ਜੇ, ਬੁੜਾ ਜੇ ਬੈਟੈਲ ਹੋ ਜੇ, ਥੀਮ ਦਾ ਜੇ ਵੈਲ ਹੋ ਜੇ, ਇਹਨੂੰ ਦੁੱਖ ਕੋਈ ਨਾ, ਕੋੜ ਦਾ ਜੇ ਦੁੱਖ ਹੋ ਜੇ, ਵਾਚ ਟੇਡਾ ਰੁੱਖ ਹੋ ਜੇ, ਗੁਰੂ ਤੋਂ ਬੇਮੁੱਖ ਹੋ ਜੇ, ਦੋਈ ਜਹਾਨੀ ਟੋਈ ਨਾ, ਨਿਗਾਹ 'ਚ ਫਰਕ ਹੋ ਜੇ, ਰਸੈਣ ਦਾ ਠਰਕ ਹੋ ਜੇ, ਬੇੜੀ ਜੇ ਗਰਕ ਹੋ ਜੇ, ਨਿਕਲੇ ਡਬੋਈ ਨਾ, ਰਾਜੇ 'ਤੇ ਚੜ੍ਹਾਈ ਹੋ ਜੇ, ਜੇ ਨਾਰਾਜ਼ ਜਵਾਈ ਹੋ ਜੇ, ਵੇਲੇ 'ਚ ਲੜਾਈ ਹੋ ਜੇ, ਬਾਬੂ ਜੀ ਚੰਗੀ ਹੋਈ ਨਾ। ਕਿੱਕਰ ਕਪੁੱਤ ਘਰ ਘਰ ਚੀਕ ਲੈਣੀ ਨਾਰ, ਚੌਥੇ ਮੇਲ ਲੀੜੇ ਇਹ ਨਿਸ਼ਾਨੀ ਹੈ ਨਰਕ ਦੀ, ਪੱਕਾ ਹੀ ਨਵਾਨ ਉਹਦਾ ਹੂਨ ਕਿਸਾਨ ਕੋਈ, ਖੱਬੀ ਅੱਖ ਰਹੇ ਜਿਸ ਬੰਦੇ ਦੀ ਫਰਕ ਦੀ, ਨਦੀ ਦੇ ਕਿਨਾਰੇ ਜੋ ਅਮੈਦਨੀ ਗਿਰੁੱਖ ਦੀ, ਇਸ ਤਰ੍ਹਾਂ ਕਲਿੰਡਰੀ ਡਰੈਵਰੀ ਟਰੱਕ ਦੀ, ਤੰਦਰੁਸਤੀ ਕੀ ਰਹਿਣੀ ਉਸ ਘਰੇ ਵੀਰ ਬੱਲਾ, ਜਿਹੜੀ ਬੁੱਢੀ ਮੱਖੀਆਂ ਤੋਂ ਚੀਜ਼ਾਂ ਨੂੰ ਨਹੀਂ ਢੱਕਦੀ। ਪਰਮ ਪੂਜਨੀਕ ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਜਰਨੈਲ ਸਿੰਘ ਜੀ, ਸਵਰਾਜ ਦਾ ਕਵੀਸ਼ਰੀ ਜਥਾ, ਸਾਥੀ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਪੇਸ਼ ਕਰ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਘੇਰਾ। ਉਹ ਵਿਵਤਾ ਦਾ ਟਾਈਮ ਜਦੋਂ ਕਿਲੇ ਵਿੱਚ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਦਾ। ਆਓ ਸਰਬੱਤ ਮਾਈ ਭਾਈ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੁਲਮ ਨੂੰ ਮਿਟਾਉਣ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਹੈ। ਹਜ਼ਾਰਾਂ ਸਿੰਘ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਤਲੀਆਂ ਉੱਤੇ ਜਾਨਾਂ ਰੱਖ ਕੇ ਮੈਦਾਨ ਵਿੱਚ ਜੂਝਣ ਲਈ ਤਿਆਰ ਬਰ ਤਿਆਰ ਬੈਠੇ ਨੇ। ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਜਾ ਕੇ ਬਾਈ ਧਾਰ ਦੇ ਰਾਜੇ ਫਰਿਆਦੀ ਹੋਏ ਨੇ, ਐ ਬਾਦਸ਼ਾਹ ਜੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਜਿੱਤ ਲਿਆ, ਯਾਦ ਰੱਖੀ ਫਿਰ ਉਹ ਦਿੱਲੀ ਉੱਤੇ ਹਮਲਾ ਕਰੇਗਾ। ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ ਹੈ ਸਾਰੇ ਹੀ ਭਾਰਤ ਦੇ ਸੂਬਿਆਂ ਨੂੰ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਨੰਦਪੁਰ ਦੇ ਕਿਲੇ ਵਿੱਚੋਂ ਜਿਉਂਦਾ ਬੰਨ ਕੇ ਮੇਰੇ ਪੇਸ਼ ਕੀਤਾ ਜਾਏ। ਹਜ਼ਾਰਾਂ ਫੌਜਾਂ ਨੇ ਅਨੰਦਪੁਰ ਤੇ ਆ ਕੇ ਚੜ੍ਹਾਈ ਕਰ ਦਿੱਤੀ ਹੈ। ਇਤਿਹਾਸ ਵਿੱਚ ਲਿਖਿਆ ਹੈ ਕਿ 10 ਲੱਖ ਵੈਰੀ ਦਾ ਇਸ ਕਿਲੇ ਨੂੰ ਘੇਰਾ ਪੈ ਚੁੱਕਾ ਹੈ। ਦੂਸਰੇ ਪਾਸੇ ਕੇਵਲ 10,000 ਸਿੰਘ ਹੈ, ਉਹਦੇ ਵਿੱਚੋਂ ਵੀ ਰੋਜ਼ਾਨਾ ਲੜਾਈ ਵਿੱਚ ਲੜਨ ਵਾਲੇ ਸ਼ਹੀਦ ਹੁੰਦੇ ਜਾ ਰਹੇ ਨੇ। ਉਹ ਸਮਾਂ ਆ ਗਿਆ ਜਦੋਂ ਬ੍ਰਿਸ਼ਾਂ ਦੇ ਉੱਤੇ ਕੋਈ ਪੱਤਰ ਨਾ ਰਹਿ ਗਿਆ। ਇਤਿਹਾਸ ਵਿੱਚ ਲਿਖਿਆ ਹੈ ਕਿ 7 ਵੀ ਲਾ ਕੇ ਰੁੱਖਾਂ ਤੋਂ ਅਬਾਲ ਕੇ ਸਿੱਖਾਂ ਨੇ ਖਾ ਲਏ ਨੇ। ਉਸ ਦਰਦਨਾਕ ਘੇਰੇ ਦਾ ਵੇਰਵਾ ਜਰਨੈਲ ਸਿੰਘ ਸਵਰਾਜ ਦੇ ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਹੇ ਇਉਂ ਪੇਸ਼ ਕਰ ਰਹੇ, ਪਿਆਰ ਨਾਲ ਸੁਣੀਏ। ਘੇਰਾ ਪੈ ਗਿਆ ਜਾਂ ਕਿਲੇ ਦੇ ਦਵਾਲੇ ਜੀ, ਭੁੱਖੇ ਸਿੰਘ ਬੈਠੇ ਕਿਲੇ ਦੇ ਵਿਚਾਲੇ ਜੀ, ਚੱਲੇ ਦੁੱਖ ਸਿੱਖਾਂ ਸੂਰ ਮਿਆਣੇ ਬਾਲੇ ਜੀ, ਹਾਲ ਦੱਸਿਆ ਨੀ ਜਾਂਦਾ ਦਸ਼ਮੇਸ਼ ਗੋਰ ਦਾ, ਬੈਠੇ ਮਲਕੇ ਮਲਕੇ ਚ ਫੇਰਾ ਵੈਰੀ ਆਨੰਦਪੁਰ ਦਾ, ਬੈਠੇ ਮਲਕੇ ਹੋਈਆਂ ਰਸਤਾਂ ਵੀ ਆਉਣ ਜਾਣੋ ਬੰਦ ਜੀ, ਰੋਕੇ ਪਿੰਡਾਂ ਵਿੱਚੋਂ ਜਾਣ ਤੋਂ ਮਸੰਦ ਜੀ, ਜੈਸੇ ਬੱਦਲਾਂ ਦੇ ਘੇਰੀ ਆ ਜੀ ਚੰਦ ਜੀ, ਐਸੇ ਘੇਰੇ ਗਏ ਸੀ ਕਿਲੇ ਦੇ ਵਿਚਾਲ ਸੂਰਮੇ, ਕੀਤੇ ਵੱਡੇ 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 ਭੁੱਖ ਨੇ ਨਡਾਲ ਸੂਰਮੇ, ਕੀਤੇ ਵੱਡੇ ਵੱਡੇ ਘੇਰਾ ਪੈ ਗਿਆ ਜਾਂ ਕਿਲੇ ਦੇ ਦਵਾਲੇ ਜੀ, ਭੁੱਖੇ ਸਿੰਘ ਬੈਠੇ ਕਿਲੇ ਦੇ ਵਿਚਾਲੇ ਜੀ, ਚੱਲੇ ਦੁੱਖ ਸਿੱਖਾਂ ਸੂਰ ਮਿਆਣੇ ਬਾਲੇ ਜੀ, ਹਾਲ ਵੇਖਿਆ ਨੀ ਜਾਂਦਾ ਦਸ਼ਮੇਸ਼ ਗੋਰ ਦਾ, ਬੈਠੇ ਮਲਕੇ ਮਲਕੇ ਚ ਫੇਰਾ ਵੈਰੀ ਆਨੰਦਪੁਰ ਦਾ, ਬੈਠੇ ਮਲਕੇ ਹੋਈਆਂ ਰਸਤਾਂ ਵੀ ਆਉਣ ਜਾਣੋ ਬੰਦ ਜੀ, ਰੋਕੇ ਪਿੰਡਾਂ ਵਿੱਚੋਂ ਜਾਣ ਤੋਂ ਮਸੰਦ ਜੀ, ਜੈਸੇ ਬੱਦਲਾਂ ਦੇ ਘੇਰੇ ਆ ਜੀ ਚੰਦ ਜੀ, ਐਸੇ ਘੇਰੇ ਗਏ ਸਿੱਕੜੇ ਦੇ ਵਿਚਾਲ ਸੂਰਮੇ, ਕੀਤੇ ਵੱਡੇ 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 ਭੁੱਖ ਨੇ ਨਡਾਲ ਸੂਰਮੇ, ਕੀਤੇ ਵੱਡੇ ਵੱਡੇ ਉਹ ਸਭ ਰਸਤਾਂ ਸਿੰਘਾਂ ਤੋਂ ਗਈਆਂ ਮੁੱਕ ਜੀ, ਭੁੱਖੇ ਮਰਦੇ ਆ ਭਰੂ ਕੇ ਖਾਦੇ ਰੁੱਖ ਜੀ,
ਬੁਰੀ ਮੌਤ ਤੋਂ ਫਰੀਦ ਕਹਿੰਦਾ ਭੁੱਖ ਜੀ, ਜਾਂਦਾ ਕੀਮਤੀ ਸਮਾਨ ਦਿਨੋਂ ਦਿਨ ਭੋਰਦਾ, ਬੈਠੇ ਮਲਕੇ ਬੈਠੇ ਮਲਕੇ ਚ ਫੇਰਾ ਵੈਰੀ ਅਨੰਦਪੁਰ ਦਾ, ਬਹਿ ਗਏ ਮਲਕੇ ਭੁੱਖੇ ਮਾਰੀ ਗਏ ਸਿੰਘਾਂ ਦੇ ਬਹੁਤੇ ਰਾਖੀ ਜੀ, ਨਾਲੇ ਕੀਮਤੀ ਅਸਾਮ ਵਾਲੇ ਹਾਥੀ ਜੀ, ਦੁਨੀ ਚੰਦ ਜੇ ਪਗੌੜੇ ਹੋ ਗਏ ਸਾਥੀ ਜੀ, ਹਾਲੇ ਔਖੀ ਵੇਲੇ ਕਾਰੀ ਗਏ ਸਵਾਲ ਸੂਰਮੇ, ਕੀਤੇ ਵੱਡੇ 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 ਭੁੱਖ ਨੇ ਨਡਾਲ ਸੂਰਮੇ, ਕੀਤੇ ਵੱਡੇ ਵੱਡੇ। ਕਦੀ ਰਾਤ ਵੇਲੇ ਸਿੰਘ ਜਾਂਦੇ ਉੱਠ ਕੇ, ਰਾਤ ਵੇਲੇ ਸਿੰਘ ਜਾਂਦੇ ਉੱਠ ਕੇ, ਪੈਂਦੇ ਵੈਰੀਆਂ ਦੀ ਫੌਜੀ ਉੱਤੇ ਟੁੱਟ ਕੇ, ਦਾਣਾ ਪਾਣੀ ਜੋ ਲਿਆਉਣ ਸਿੰਘ ਲੁੱਟ ਕੇ, ਉਹਨੂੰ ਵੇਖ ਕੇ ਵਜੀਦ ਖਾਨ ਬਹੁਤ ਝੋਰਦਾ, ਬੈਠੇ ਮਲਕੇ ਬੈਠੇ ਮਲਕੇ ਚ ਫੇਰਾ ਵੈਰੀ ਅਨੰਦਪੁਰ ਦਾ, ਬਹਿ ਗਏ ਮਲਕੇ। ਅੰਨ ਬਿਨਾ ਸੀ ਪੰਡਾਰੇ ਕੁੱਲ ਬੰਦ ਜੀ, ਦਿੱਤੀ ਖੂਨ ਨਾ ਧਰਤ ਸਿੰਘਾਂ ਰੰਗ ਜੀ, ਦਿੱਤੀ ਖੂਨ ਨਾ ਧਰਤ ਸਿੰਘਾਂ ਰੰਗ ਜੀ, ਭੁੱਖੇ ਸੂਰਮੇ ਕਰਨ ਨਿਤ ਜੰਗ ਜੀ, ਹਾਲੀ ਔਖੀ ਵੇਲੇ ਕਾਰ ਗਏ ਸਵਾਲ ਸੂਰਮੇ, ਕੀਤੇ ਵੱਡੇ 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 ਭੁੱਖ ਨੇ ਨਡਾਲ ਸੂਰਮੇ, ਕੀਤੇ ਵੱਡੇ ਵੱਡੇ। ਉਹ ਘੇਰਾ ਪਾਏ ਨੂੰ ਮਹੀਨੇ ਹੋ ਗਏ ਅੱਠ ਜੀ, ਭੁੱਖੇ ਸੂਰਮੇ ਲੰਘਾਉਂਦੇ ਨਿਤ ਝੱਟ ਜੀ, ਰਤਾ ਰਹੀ ਨਾ ਸਰੀਰ ਵਿੱਚ ਰਤ ਸੀ, ਹੋ ਗਏ ਜਿਉਂਦਿਆਂ ਦੇ ਸੁੱਕ ਕੇ ਸਰੀਰ ਮੋਰਦਾ, ਬੈਠੇ ਮਲਕੇ ਬੈਠੇ ਮਲਕੇ ਚ ਫੇਰਾ ਵੈਰੀ ਅਨੰਦਪੁਰ ਦਾ, ਬਹਿ ਗਏ ਮਲਕੇ। ਪਰ ਵੈਰੀ ਨਿਤ ਚਿੱਠੀਆਂ ਕਿਲਾਉਣ ਜੀ, ਬਾਹਰੋਂ ਵੈਰੀ ਨਿਤ ਚਿੱਠੀਆਂ ਕਲਾਉਣ ਜੀ, ਸਿੰਘ ਪੜ ਕੇ ਤੇ ਗੁਰਾਂ ਨੂੰ ਸੁਣਾਉਣ ਜੀ, ਕਿਲਾ ਛੱਡਣਾ ਜ਼ਰੂਰ ਸਿੰਘ ਚਾਉਣ ਜੀ, ਜਰਨੈਲ ਸਿੰਘਾਂ ਪੈ ਗਏ ਗੁਰਾਂ ਦੇ ਖਿਆਲ ਸੂਰਮੇ, ਕੀਤੇ ਵੱਡੇ 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 ਭੁੱਖ ਨੇ ਨਡਾਲ ਸੂਰਮੇ, ਕੀਤੇ ਵੱਡੇ ਵੱਡੇ। ਅੱਠ ਮਹੀਨੇ ਦੇ ਲੰਮੇ ਘੇਰੇ ਵਿੱਚ ਜੇ ਇਤਿਹਾਸ ਪੜਿਆ ਜਾਏ, ਬਹੁਤ ਸਾਰੇ ਸੂਰਮੇ ਰਣ ਮੈਦਾਨ ਵਿੱਚ ਮਰਦਾਂ ਦੀ ਤਰ੍ਹਾਂ ਲੜਦੇ ਹੋਏ ਸ਼ਹੀਦ ਹੋ ਗਏ ਨੇ। ਪਰ ਇੱਕ ਯਾਦ ਰੱਖਣ ਵਾਲੀ ਗੱਲ ਹੈ, ਭਗਤਾਂ ਦਾ ਵਿਚਾਰ ਹੈ ਕਿ ਮੌਤ ਤਾਂ ਇਨਸਾਨ ਉੱਤੇ ਜ਼ਿੰਦਗੀ ਵਿੱਚ ਇੱਕ ਵਾਰੀ ਆਵੇਗੀ, ਜੋ ਜ਼ਿੰਦਗੀ ਦੀ ਰਾਤ ਮੰਨੀ ਗਈ ਹੈ, ਲੇਕਿਨ ਭੁੱਖ ਇਹ ਮੌਤ ਤੋਂ ਜ਼ਾਲਮ ਹੈ। ਇੱਕ ਦਿਨ ਵਿੱਚ ਦੋ ਟਾਈਮ ਇਹਦਾ ਚੱਕਰ ਚੱਲਦਾ ਹੈ। ਜਦੋਂ ਅਨੰਦਪੁਰ ਦੇ ਕਿਲੇ ਵਾਲਿਆਂ ਨੂੰ ਕੁਝ ਖਾਣ ਵਾਸਤੇ ਕਿਲੇ ਵਿੱਚ ਨਾ ਮਿਲਿਆ, ਇਤਿਹਾਸ ਵਿੱਚ ਲਿਖਿਆ ਹੈ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਹ ਪ੍ਰਸ਼ਾਦੀ ਹਾਥੀ ਉਹ ਵੀ ਭੁੱਖਾ ਤੇ ਧਿਆਇਆ ਮਰ ਗਿਆ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਉਹ ਦਲ ਸ਼ਿੰਗਾਰ ਨੀਲਾ ਘੋੜਾ ਜਿਹਦੇ ਉੱਤੇ ਗੁਰਦੇਵ ਸਵਾਰੀ ਕਰਿਆ ਕਰਦੇ ਨੇ, ਉਹ ਵੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਭੁੱਖ ਹੱਥੋਂ ਤੜਫ ਤੜਫ ਕੇ ਮਰ ਗਿਆ। ਮਾਨੋ ਜਿਸ ਧਰਤੀ ਉੱਤੇ ਡੰਗਰ ਭੁੱਖਾ ਤੇ ਧਿਆਇਆ ਮਰ ਸਕਦਾ ਹੈ, ਮਾਨਸ ਜਾਤ ਉੱਥੇ ਕਿੰਨਾ ਕੁ ਚਿਰ ਕੱਢ ਸਕਦੀ ਸੀ। ਸਿੰਘ ਤਰਲੇ ਲੈ ਰਹੇ, ਮਹਾਰਾਜ ਕਿਲਾ ਛੱਡ ਦਿੱਤਾ ਜਾਏ। ਗੁਰੂ ਸਾਹਿਬ ਕਿਲਾ ਛੱਡਦੇ ਨਹੀਂ। ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਔਖੀ ਬਣੀ, ਕੁਝ ਸਿੰਘਾਂ ਨੇ ਕਹਿ ਦਿੱਤਾ ਮਹਾਰਾਜ ਜੇ ਕਿਲਾ ਨਹੀਂ ਛੱਡਣਾ ਤੇ ਅਸੀਂ ਚੱਲੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ, ਸੁੱਖਾਂ ਦੇ ਯਾਰੋ, ਜੇ ਦੁੱਖਾਂ ਦੀਆਂ ਘੜੀਆਂ ਆਈਆਂ, ਸਾਡਾ ਸਾਥ ਛੱਡਣ ਲਈ ਤਿਆਰ ਹੋ ਗਏ ਹੋ, ਯਾਦ ਰੱਖੋ ਜਿਨ੍ਹਾਂ ਨੇ ਘਰਾਂ ਨੂੰ ਜਾਣਾ ਹੈ, ਸਾਨੂੰ ਛੱਡ ਜਾਣਾ ਹੈ, ਉਹ ਇੱਕ ਕਾਗਜ਼ ਉੱਤੇ ਲਿਖ ਕੇ ਦੇ ਜਾਣ ਕਿ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਨਹੀਂ ਤੇ ਅਸੀਂ ਕਲਗੀਧਰ ਦੇ ਸਿੰਘ ਨਹੀਂ। ਭੁੱਖ ਨੇ ਨਵਾ ਦਿੱਤੇ ਸਨ ਸਿੰਘ, ਕੁਝ ਸਿੰਘਾਂ ਨੇ ਜਥੇ ਨੇ ਇਹ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਨਹੀਂ ਤੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ। ਬੈਦਾਵਾ ਦੇ ਕੇ ਅਨੰਦਪੁਰ ਦੇ ਕਿਲੇ ਵਿੱਚੋਂ ਸਿੰਘ ਘਰਾਂ ਨੂੰ ਆ ਗਏ ਨੇ। ਉਧਰ ਵਿਰੋਧੀ ਕਈ ਚਾਲਾਂ ਚੱਲ ਚੁੱਕੇ ਨੇ। ਕਹਿੰਦੇ ਨੇ ਪੰਡਿਤ ਪਰਮਾਨੰਦ ਨੇ ਗਾਂ ਦੀ ਕਸਮ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਆਖਿਆ ਕਿਲਾ ਛੱਡ ਦਿਓ। ਮੁਸਲਮਾਨਾਂ ਵੱਲੋਂ ਅਲੀ ਹੁਸੈਨ ਖਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਕੁਝ ਬੰਦੇ ਲੈ ਕੇ ਕਸਮ ਖਾਧੀ ਹੈ ਕੁਰਾਨ ਦੀ, ਮਹਾਰਾਜ ਕਿਲਾ ਛੱਡ ਦਿਓ। ਨਾਲੇ ਰਾਜਿਆਂ ਨੇ ਜਿਵੇਂ ਗੁਰਦੇਵ ਨੂੰ ਚਿੱਠੀ ਲਿਖੀ, ਮਹਾਰਾਜ ਜੇ ਕਿਲਾ ਛੱਡ ਦਿਓ ਤੁਹਾਡੇ ਉੱਤੇ ਹਮਲਾ ਨਹੀਂ ਕੀਤਾ ਜਾਏਗਾ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਬਾਹਰੋਂ ਲਿਖਿਆ ਰਾਜਿਆਂ ਦਸਵੇਂ ਗੁਰੂ ਵੱਲੇ, ਜਿਦ ਕਰਕੇ ਦੋ ਧਿਰਾਂ ਨੇ ਦੁੱਖ ਬਹੁਤੇ ਚੱਲੇ, ਅੱਗੇ ਦੋਵਾਂ ਘਰਾਂ ਨੇ ਬੜੀ ਫੌਜ ਮਰਾਲੀ,
ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰਾਂ ਨੂੰ ਖਾਲੀ। ਬਾਹਰੋਂ ਲਿਖਿਆ ਰਾਜਿਆਂ ਦਸਵੇਂ ਗੁਰ ਵੱਲੇ, ਜਿਦ ਕਰਕੇ ਦੋ ਤਿਰਾਂ ਨੇ ਬਹੁਤੇ ਦੁੱਖ ਚੱਲੇ। ਅੱਗੇ ਦੋਵਾਂ ਘਰਾਂ ਨੇ ਬੜੀ ਫੌਜ ਮਰਾਲੀ, ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰਾਂ ਨੂੰ ਖਾਲੀ। ਖਾਲੀ ਕਿਲਾ ਕਰਾ ਕੇ ਵਾਪਸ ਮੁੜ ਜਾਈਏ, ਸਾਨੂੰ ਕਸਮ ਕਰਾਣ ਦੀ ਜੇ ਪਿੱਛੇ ਧਾਈਏ। ਹੁਣ ਤਾਂ ਔਰੰਗਜ਼ੇਬ ਨੇ ਹੈ ਕਸਮ ਉਠਾਲੀ, ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰਾਂ ਨੂੰ ਖਾਲੀ। ਜਿੱਥੇ ਮਰਜ਼ੀ ਵਸੋ ਜਾ ਸਭ ਖੁੱਲਾ ਤੁਹਾਨੂੰ, ਬਖਸ਼ ਦਿਓਗੇ ਆਸ ਹੈ ਸਭ ਭੁੱਲਾ ਸਾਨੂੰ। ਜਾਣ ਜਕਾਰੇ ਛੱਡ ਦੇ, ਜਾਣ ਜਕਾਰੇ ਛੱਡ ਦੇ ਬੇਸ਼ੱਕ ਅਕਾਲੀ, ਛੇਤੀ ਕਰ ਜੋ ਗੁਰੂ ਜੀ ਆਨੰਦਪੁਰਾਂ ਨੂੰ ਖਾਲੀ। ਹੁਣ ਨਾ ਕੁਝ ਵੀ ਕਹਿਣਗੇ ਬਾਈ ਤਾਰ ਦੇ ਰਾਜੇ, ਜਿਹੜੇ ਬੜਿਆਂ ਚਿਰਾਂ ਤੋਂ ਕਰਦੇ ਰਹੇ ਵਾਦੇ। ਹੁਣ ਤਾਂ ਤੁਹਾਡੇ ਸਾਹਮਣੇ ਉਹਨਾਂ ਥਾਉਣ ਚ ਕਾਲੀ, ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰਾਂ ਨੂੰ ਖਾਲੀ। ਚਿਰਾਂ ਤੋਂ ਵਧਿਆ ਜੰਗ ਦਾ ਹੈ ਬਹੁਤ ਝਮੇਲਾ, ਬਾਈ ਧਾਰ ਦੇ ਪੱਲੇ ਵੀ ਰਿਹਾ ਨਾਇਕ ਧੇਲਾ। ਸਾਰੇ ਪਾਸੇ ਦੇਸ਼ ਵਿੱਚ ਛਾ ਗਈ ਕੰਗਾਲੀ, ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰ ਨੂੰ ਖਾਲੀ। ਗਊ ਬਣਾ ਕੇ ਆਟੇ ਦੀ ਥਾਲੀ ਵਿੱਚ ਟਿਕਾਂਦੇ, ਗਊ ਬਣਾ ਕੇ ਆਟੇ ਦੀ ਥਾਲੀ ਵਿੱਚ ਟਿਕਾਂਦੇ, ਕਸਮ ਉਸ ਦੀ ਗੁਰੂ ਜੀ ਸਭ ਰਾਜ ਖਾਂਦੇ। ਫੌਜਾਂ ਮੁੜ ਜਾਣ ਦਿੱਲੀ ਨੂੰ ਜਿੰਦ ਹੋਏ ਸਿਖਾਲੀ, ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰ ਨੂੰ ਖਾਲੀ। ਪੰਮਾ ਪੰਡਿਤ ਗੁਰਾਂ ਕੋਲ ਜਾ ਖਾਂਦਾ ਕਸਮਾ, ਉਧਰ ਜਾਣੀ ਜਾਣਾ ਹੈ ਸਮਝੋ ਗੁਰ ਦਸਮਾ। ਮੇਜਰ ਤੇ ਜਰਨੈਲ ਸਿੰਘ, ਮੇਜਰ ਤੇ ਜਰਨੈਲ ਸਿੰਘ ਗਾਉਂਦੇ ਟਕਸਾਲੀ, ਛੇਤੀ ਕਰ ਦੋ ਗੁਰੂ ਜੀ ਆਨੰਦਪੁਰ ਨੂੰ ਖਾਲੀ। ਜਦੋਂ ਬਾਹਰੋਂ ਫੌਜਾਂ ਵੱਲੋਂ ਮਹਾਰਾਜ ਨੂੰ ਚਿੱਠੀਆਂ ਮਿਲੀਆਂ, ਸੰਗਤਾਂ ਖਹਿੜੇ ਪੈ ਗਈਆਂ, ਮਹਾਰਾਜ ਕਿਲਾ ਛੱਡ ਦੇਣਾ ਚਾਹੀਦਾ ਹੈ। ਨੀਤੀਵਾਨ ਗੁਰਦੇਵ ਨੇ ਆਖਿਆ, ਤੁਹਾਨੂੰ ਪਰਖ ਕੇ ਦੱਸਦੇ ਹਾਂ ਕਿ ਦੁਸ਼ਮਣ ਦੀਆਂ ਕਸਮਾਂ ਉੱਤੇ ਰਣ ਮੈਦਾਨ ਵਿੱਚ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ। ਮਹਾਰਾਜ ਨੇ ਆਉਣ ਵਾਲੇ ਬੰਦਿਆਂ ਨੂੰ ਕਿਹਾ, ਸਾਡੇ ਬਲਦ ਵੀ ਮਰ ਚੁੱਕੇ ਨੇ, ਇਸ ਲਈ ਸਾਨੂੰ 500 ਗੱਡਾ ਚਾਹੀਦਾ ਹੈ। ਬੜਾ ਕੀਮਤੀ ਸਮਾਨ ਹੈ ਜਿਹੜਾ ਇਹਨਾਂ ਉੱਤੇ ਲੱਦ ਕੇ ਅਸੀਂ ਲੈ ਕੇ ਜਾਣਾ ਹੈ। 500 ਗੱਡਾ ਬਾਈ ਧਾਰ ਦੇ ਰਾਜਿਆਂ ਨੇ ਦੇ ਦਿੱਤਾ। ਆ ਗਿਆ ਕਿਲੇ ਵਿੱਚ, ਮਹਾਰਾਜ ਨੇ ਹੁਕਮ ਕੀਤਾ, ਸਿੱਖੋ ਮਰੇ ਹੋਏ ਡੰਗਰਾਂ ਦੇ ਹੱਡ ਔਰ ਟੁੱਟੇ ਹੋਏ ਛਿੱਤਰ, ਡੰਗਰਾਂ ਦੇ ਤੁਰੰਤ ਇਹਨਾਂ ਗੱਡਿਆਂ ਉੱਤੇ ਫਿੱਟ ਕਰਕੇ, ਉੱਤੋਂ ਦੀ ਦਿਸ਼ਾਲੇ ਪਾ ਕੇ, ਅੱਧੀ ਰਾਤ ਨੂੰ ਮਸਾਲਾਂ ਬਾਲ ਕੇ ਇਹ ਕਿਲੇ ਵਿੱਚੋਂ ਲੈ ਕੇ ਤੁਰ ਪਾਓ ਤੇ ਤੁਹਾਨੂੰ ਵੈਰੀ ਦੀ ਕਸਮ ਦਾ ਪਤਾ ਲੱਗ ਜਾਏਗਾ। ਕਹਿੰਦੇ ਨੇ ਜਦੋਂ 500 ਗੱਡਾ ਕਿਲੇ ਵਿੱਚੋਂ ਨਿਕਲ ਕੇ ਤੁਰਿਆ, ਦਿਸ਼ਾਲੇ ਚਮਕੇ, ਵੈਰੀ ਦੀ ਫੌਜ ਨੇ ਮਹਾਰਾਜ ਦੀਆਂ ਫੌਜਾਂ ਉੱਤੇ ਹਮਲਾ ਕਰ ਦਿੱਤਾ ਹੈ। ਸਿੱਖ ਵਾਪਸ ਗਏ ਨੇ, ਸੋਚਿਆ ਬਾਈ ਧਾਰ ਦੇ ਰਾਜਾ ਅਜਮੇਰ ਚੰਦ ਨੇ ਕਿ ਬਹੁਤ ਵੱਡੀ ਮਾਰ ਮਾਰ ਲਈ ਹੋਵੇਗੀ, ਪਰ ਜਦੋਂ ਦਿਨ ਚੜੇ ਉਹ ਦਿਸ਼ਾਲੇ ਲਾ ਕੇ ਵੇਖਿਆ, ਥੱਲਿਓਂ ਟੁੱਟੇ ਹੋਏ ਛਿੱਤਰ, ਘੋੜਿਆਂ ਦੀ ਲਿੱਦ, ਮਰੇ ਡੰਗਰਾਂ ਦੇ ਕੁਰੰਗ ਵੇਖੇ, ਸਾਰਿਆਂ ਦੇ ਸਿਰ ਹਿੱਲ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਉੱਤੇ ਕੋਈ ਵੀ ਨੀਤੀਵਾਨ ਫਤਿਹ ਨਹੀਂ ਪਾ ਸਕਦਾ। ਪਰ ਮਾਲਕ ਦੇ ਭਾਣੇ ਅੰਦਰ ਮਹਾਰਾਜ ਨੇ ਕਿਲਾ ਛੱਡ ਦਿੱਤਾ ਹੈ। ਸਤਿਗੁਰਾਂ ਨੂੰ ਆਪਾਂ ਖਦਰਾਣੇ ਵਾਲੀ ਟਾਪ ਤੇ ਮਿਲਾਂਗੇ। ਆਓ ਤੱਕੀਏ ਬਦਾਵਾ ਲਿਖਣ ਵਾਲੇ ਸਿੰਘ ਜਥੇਦਾਰ ਮਾਨ ਸਿੰਘ ਦੇ ਸਾਥੀ ਤੇ ਭਾਈ ਮਾਨ ਸਿੰਘ ਜਦੋਂ ਪਹੁੰਚੇ ਹਨ ਮਾਝੇ ਦੀ ਧਰਤੀ ਵਿੱਚ, ਮਾਝੇ ਦੀਆਂ ਛੀਣੀਆਂ ਨੇ ਤਾਨੇ ਮਾਰਨੇ ਸ਼ੁਰੂ ਕੀਤੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੰਘ ਬਦਾਵਾ ਦੇ ਕੇ ਆ ਗਏ ਨੇ, ਮਾਈ ਭਾਗੋ ਸ਼ੇਰ ਛੀਣੀਆਂ ਨੇ ਜਿਵੇਂ ਇਹਨਾਂ ਨੂੰ ਤਾਨੇ ਮਾਰੇ, ਇਉਂ ਬੇਨਤੀ ਕੀਤੀ ਜਾ ਰਹੀ। ਸਿੰਘ ਲਿਖ ਬਦਾਵਾ ਸਾਰੇ ਘਰ ਪੁੱਜੇ ਵਕਤ ਦੇ ਮਾਰੇ, ਨਾਰਾ ਸੁਣ ਕੇ ਸਿੰਘਾਂ ਦੇ ਕਾਰੇ
ਗੁੱਸੇ ਨਾਲ ਕਹਿਣ ਸੁਣਾ ਗਏ ਵੇ ਬੇ ਗੁਰਿਓ ਕੈਰ ਡਰ ਪੋਕੋ ਜਾਓ ਬੈਠ ਚੂੜੀਆਂ ਪਾ ਗਏ ਵੇ ਬੇ ਗੁਰਿਓ ਸਿੰਘ ਹੋ ਕੇ ਕਲਗੀ ਧਰ ਦੇ ਜਿੰਦਵਾਰ ਧਰਮ ਤੂੰ ਮਰ ਦੇ ਪਈ ਬਿਵਤਾ ਸਿਰ ਤੇ ਜਰ ਦੇ ਡਰ ਮੌਤ ਤੂੰ ਚੇਤੀ ਡਿਲਾ ਤਾ ਵੇ ਬੇ ਗੁਰਿਓ ਕੈਰ ਡਿਰ ਪੋਕੋ ਤੁਸਾਂ ਦਾ ਕੇ ਧਰਮ ਨੂੰ ਲਾ ਤਾ ਵੇ ਬੇ ਗੁਰਿਓ ਸਿੰਘ ਲਿਖ ਬਦਾਵਾ ਸਾਰੇ ਘਰ ਪੁੱਜੇ ਵਕਤ ਦੇ ਮਾਰੇ ਨਾਰਾ ਸੁਣ ਕੇ ਸਿੰਘਾਂ ਦੇ ਕਾਰੇ ਗੁੱਸੇ ਨਾਲ ਕਹਿਣ ਸੁਣਾ ਗਏ ਵੇ ਬੇ ਗੁਰਿਓ ਕੈਰ ਡਰ ਪੋਗੋ ਜਾ ਬੈਠ ਚੂੜੀਆਂ ਪਾ ਗਏ ਵੇ ਬੇ ਗੁਰਿਓ ਸਿੰਘ ਹੋ ਕੇ ਕਲਗੀ ਥਰ ਦੇ ਜਿੰਦਵਾਰ ਧਰਮ ਤੂੰ ਮਰ ਦੇ ਪਈ ਬਿਵਤਾ ਸਿਰ ਤੇ ਜਰ ਦੇ ਡਰ ਮੌਤ ਤੋਂ ਚੇਤੀ ਡਿਲਾ ਤਾ ਵੇ ਬੇ ਗੁਰਿਓ ਕੈਰ ਡਰ ਪੋਕੋ ਤੁਸਾਂ ਦਾ ਧਰਮ ਨੂੰ ਲਾ ਤਾ ਵੇ ਬੇ ਗੁਰਿਓ ਤੁਸੀਂ ਨਿਕਲੇ ਪੇਟ ਦੇ ਪਿਆਰੇ ਤੁਸੀਂ ਨਿਕਲੇ ਪੇਟ ਦੇ ਪਿਆਰੇ ਰਹਿ ਛਕਦੇ ਖੁੱਲੇ ਵਰਤਾਰੇ ਭੁੱਖ ਵੇਲੇ ਡੋਲ ਗਏ ਸਾਰੇ ਆਏ ਘਰ ਨੂੰ ਹੌਸਲੇ ਢਾ ਕੇ ਵੇ ਬੇ ਗੁਰਿਓ ਕੈਰ ਡਰ ਪੋਗੋ ਜਾਓ ਬੈਠ ਚੂੜੀਆਂ ਪਾ ਕੇ ਵੇ ਬੇ ਗੁਰਿਓ ਦੇਖੋ ਸਿਰੋਂ ਦਸਤਾਰਾਂ ਗੁੱਤਾਂ ਕਰ ਲੋ ਵਾਂਗਿਰਾਂ ਨਾਰਾਂ ਲਾ ਸਾਨੂੰ ਦਿਓ ਤਲਵਾਰਾਂ ਅਸੀਂ ਤੁਹਾਨੂੰ ਸੱਚ ਸੁਣਾ ਤਾ ਵੇ ਬੇ ਗੁਰਿਓ ਕੈਰ ਡਰ ਪੋਕੋ ਤੁਸਾਂ ਦਾ ਕੇ ਧਰਮ ਨੂੰ ਲਾ ਤਾ ਵੇ ਬੇ ਗੁਰਿਓ ਤੁਸੀਂ ਚਰਖੇ ਤਰੰਜਨੀ ਡਾਲੋ ਵੇ ਵੀਰਿਓ ਚਰਖੇ ਤਰੰਜਨੀ ਡਾਲੋ ਪੋਡਰ ਥਾਂ ਕਾਲ ਖਲਾ ਲੋ ਹੱਥੀ ਰੋਟੀਆਂ ਆਪ ਪਕਾ ਲੋ ਅਸੀਂ ਰਣ ਵਿੱਚ ਲੜੀਏ ਜਾ ਕੇ ਵੇ ਬੇ ਗੁਰਿਓ ਕੈਰ ਡਰ ਪੋਕੋ ਜਾ ਬੈਠ ਚੂੜੀਆਂ ਪਾ ਗਏ ਵੇ ਬੇ ਗੁਰਿਓ ਤੁਸੀਂ ਬਣ ਕੇ ਬੋ ਜਨਾਨੇ ਤੁਸੀਂ ਬਣ ਕੇ ਬੋ ਜਨਾਨੇ ਅਸੀਂ ਬਣ ਕੇ ਸ਼ਹੀਦੀ ਗਾਨੇ ਜਾ ਲੜੀਏ ਵਿੱਚ ਮੈਦਾਨੇ ਜੇ ਤੁਸਾਂ ਹੌਸਲਾ ਟਾਤਾ ਵੇ ਬੇ ਗੁਰਿਓ ਕੈਰ ਡਰ ਪੋਕੋ ਤੁਸਾਂ ਦਾ ਕੇ ਧਰਮ ਨੂੰ ਲਾ ਤਾ ਵੇ ਬੇ ਗੁਰਿਓ ਤਾਨੇ ਮਾਰ ਛੀਨੀਆਂ ਨਾਰਾਂ ਥਾਂ ਥਾਂ ਤੇ ਪਾਉਣ ਤਰਕਾਰਾਂ ਬੇ ਮੁਖਿਆ ਕੜਾ ਦਿਆਂ ਯਾਰਾਂ ਕੀ ਲੈਣਾ ਸਿੰਘ ਸਦਾ ਕੇ ਵੇ ਬੇ ਗੁਰਿਓ ਕੈਰ ਡਰ ਪੋਕੋ ਜਾ ਬੈਠ ਚੂੜੀਆਂ ਪਾ ਗਏ ਵੇ ਹੱਥੀ ਆਪਣੀ ਜੈ ਜਿਦਰ ਸਿੰਘਾਂ ਦੀ ਟੋਲੀ ਅੱਗੋਂ ਜੋ ਮਿਲਦੇ ਹਮੇ ਜੋਲੀ ਬੇ ਗੁਰੇ ਕਣ ਮਾਰਨ ਬੋਲੀ ਜਰਨੈਲ ਨੇ ਛੰਦ ਮਕਾਤਾ ਵੇ ਬੇ ਗੁਰਿਓ ਕੈਰ ਡਰ ਪੋਕੋ ਤੁਸਾਂ ਦਾ ਕੇ ਧਰਮ ਨੂੰ ਲਾ ਤਾ ਵੇ ਬੇ ਗੁਰਿਓ ਮਾਨੋ ਜਿਹੜਾ ਵੀ ਸਿੰਘ ਆਪਣੇ ਘਰ ਵਿੱਚ ਗਿਆ ਜੇ ਸਿਰ ਉੱਤੇ ਮਾਂ ਜਿਉਂਦੀ ਸੀ ਉਹਨੇ ਪੁੱਛਿਆ ਆਨੰਦਪੁਰ ਦਾ ਕੀ ਹਾਲ ਹੈ ਜਦੋਂ ਦੱਸਿਆ ਕਿ ਬਦਾਵਾ ਦੇ ਕੇ ਆ ਗਿਆ ਮਾਂ ਦੀ ਆਤਮਾ ਤੜਫ ਉੱਠੀ ਜੇ ਕਿਸੇ ਦੇ ਬਾਪ ਨੇ ਪੁੱਛਿਆ ਪੁੱਤਰ ਨੇ ਕਹਿ ਦਿੱਤਾ ਮੈਂ ਗੁਰੂ ਦਾ ਸਾਥ ਛੱਡ ਕੇ ਆ ਗਿਆ ਹਾਂ ਬਾਪ ਤੜਫ ਉੱਠਿਆ ਮਾਨੋ ਮਰਦਾਂ ਦੀ ਬੋਲੀ ਮਰਦ ਸਹਾਰ ਲਿਆ ਕਰਦੇ ਨੇ ਕਿਸੇ ਔਰਤ ਨੇ ਆਪਣੀ ਜ਼ਬਾਨ ਵਿੱਚੋਂ ਜੇ ਕਿਸੇ ਮਰਦ ਨੂੰ ਤਾਨਾ ਮਾਰਿਆ ਹਫ਼ਤੇ ਦਾ ਮਰਿਆ ਹੋਇਆ ਆਦਮੀ ਵੀ ਤੜਫ ਉੱਠਿਆ ਮਾਈ ਭਾਗੋ ਨੇ ਝਬਾਲ ਦੀ ਰਹਿਣ ਵਾਲੀ ਇਸ ਬਹਾਦਰ ਬੀਬੀ ਨੇ ਸਿੰਘਾਂ ਉੱਤੇ ਸਵਾਲ ਕੀਤਾ ਆਖਿਆ ਮਾਂ ਸਿੰਘ ਜੀ ਜਦੋਂ ਆਨੰਦਪੁਰ ਦੇ ਕਿਲੇ ਵਿੱਚੋਂ ਮਾਝੇ ਨੂੰ ਤੁਰੇ ਹੋ ਕੀ ਰਸਤੇ ਵਿੱਚ ਕੋਈ ਦਰਿਆ ਨਾ ਆਇਆ ਮਾਂ ਸਿੰਘ ਨੇ ਨੀਵੀਂ ਪਾਈ ਹੋਈ ਸੀ ਆਖਿਆ ਹੇ ਦੇਵੀ ਅਸੀਂ ਬਿਆਸਾ ਦਰਿਆ ਨੂੰ ਪਾਰ ਕਰਕੇ ਫਿਰ ਮਾਝੇ ਦੀ ਧਰਤੀ ਵਿੱਚ ਕਦਮ ਰੱਖਿਆ ਹੈ ਮਾਈ ਭਾਗੋ ਨੇ ਆਖਿਆ ਮਾਂ ਸਿੰਘਾ ਚੰਗੇ ਹੁੰਦੇ ਹੋ ਉਸ ਦਰਿਆ ਵਿੱਚ ਡੁੱਬ ਜਾਂਦੇ ਹੋ ਨਾ ਮਾਝੇ ਦੀ ਧਰਤੀ ਨੂੰ ਕਲੰਕ ਕਰਕੇ ਮਾਝੇ ਦੀ ਮਾਂ ਦੇ ਮੱਥੇ ਉੱਤੇ ਦਾਗ ਲਾ ਕੇ ਇਸ ਧਰਤੀ ਵਿੱਚ ਤੁਸੀਂ ਜਿਉਂਦੇ ਆਉਂਦੇ ਹੋ ਇੱਥੋਂ ਤੱਕ ਔਰਤਾਂ ਨੇ ਆਪਣੇ ਸਵਾਮੀਆਂ ਨੂੰ ਕਹਿ ਦਿੱਤਾ ਕਿ ਸਾਨੂੰ ਆਪਣੇ ਵਾਲੇ ਸ਼ਸਤਰ ਦੇ ਦਿਓ ਦੱਸ ਦਿਓ ਗੁਰੂ ਗੋਬਿੰਦ ਸਿੰਘ ਕਿੱਥੇ ਹੈ ਅਸੀਂ ਉਹਨਾਂ ਦੀ ਮਦਦ ਕਰਦੀਆਂ ਸਿੱਖੀ ਲਈ ਸ਼ਹੀਦ ਹੋਵਾਂਗੀਆਂ ਤੁਹਾਡਾ ਲਾਇਆ ਹੋਇਆ ਦਾਗ ਆਪਣੇ ਖੂਨ ਨਾਲ ਧੋ ਦਿਆਂਗੀਆਂ ਤੁਸੀਂ ਜਨਾਨੀਆਂ ਵਾਂਗੂ ਗੁੱਤਾਂ ਕਰਕੇ ਔਰਤਾਂ ਵਾਲੇ ਕੰਮ ਕਰੋ ਮਾਨੋ ਫੱਟੜ ਸ਼ੇਰ ਦੀ ਤਰ੍ਹਾਂ ਇਹ ਲੋਕ ਤੜਫ ਉੱਠੇ ਨੇ ਕਈ ਥਾਈਂ ਮੀਟਿੰਗਾਂ ਬੁਲਾਈਆਂ ਗਈਆਂ ਪਿੰਡਾਂ ਵਿੱਚ ਪੱਲਾ ਫੇਰ ਕੇ ਲੋਕਾਂ ਨੂੰ ਇਕੱਠਿਆਂ ਕੀਤਾ ਗਿਆ ਜਥੇਦਾਰ ਮਾਨ ਸਿੰਘ ਇਸ ਗੱਲ ਦੀ ਜ਼ਿੰਮੇਵਾਰੀ ਚੁੱਕੀ ਕਿ ਜਿਹੜਾ ਦਾਗ ਮਾਝੇ ਦੇ ਮੱਥੇ ਉੱਤੇ ਲੱਗ ਚੁੱਕਾ ਹੈ
ਇਹ ਧੋਣ ਲਈ ਮੈਂ ਆਪਣੀ ਜਾਨ ਵਾਰ ਦੇਵਾਂਗਾ। ਬਹੁਤ ਸਾਰੇ ਥਾਈਂ ਛੋਟੇ ਛੋਟੇ ਇਕੱਠ ਕੀਤੇ ਗਏ, ਪਿੰਡਾਂ ਵਿੱਚੋਂ ਇਕੱਠਿਆਂ ਕੀਤਾ ਗਿਆ ਸਿੰਘਾਂ ਨੂੰ। ਭਾਵੇਂ ਬਦਾਵਾ ਲਿਖਣ ਵੇਲੇ ਇਤਿਹਾਸ ਕਹਿੰਦਾ ਹੈ ਸਾਰੇ ਇਲਾਕਿਆਂ ਦੇ ਸਿੰਘ ਸਨ, ਪਰ ਬਦਾਵਾ ਪੜਵਾਉਣ ਲਈ ਇਹ ਮਾਝੇ ਦੀ ਧਰਤੀ ਵਿੱਚੋਂ ਭਾਈ ਮਾਨ ਸਿੰਘ ਅਤੇ ਮਾਤਾ ਭਾਗੋ ਦੀ ਕਮਾਨ ਥੱਲੇ ਬਲਵਾ ਉੱਠਿਆ ਹੈ। ਕਹਿੰਦੇ ਨੇ ਕਿ ਨਦਾਨ ਸਿੰਘ ਬੜੈਚ ਉਹਦਾ ਪਿਤਾ ਗੁਰਪ੍ਰੀਤ ਸਰਦਾਰ ਗਿਆ, ਉਹਦੇ ਅਖੰਡ ਪਾਠ ਦਾ ਭੋਗ ਪਿਆ ਹੈ। ਉਸ ਭੋਗ ਉੱਤੇ ਮਾਝੇ ਦੇ 94 ਸਿੱਖ ਇਕੱਠੇ ਹੋਏ ਨੇ। ਇੱਥੇ ਹੀ ਮਾਈ ਭਾਗੋ ਨੇ ਲੈਕਚਰ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਤੋਂ ਟੁੱਟੀ ਗੰਢਾਉਣ ਵਾਸਤੇ ਔਰ ਆਪਣੀਆਂ ਜਾਨਾਂ ਵਾਰ ਲਈ ਉੱਠਿਆ ਹੈ। ਫੱਟੜ ਸ਼ੇਰ ਦੀ ਤਰ੍ਹਾਂ ਬੋਲੀ ਖਾ ਕੇ ਸਰਦਾਰ ਮਾਨ ਸਿੰਘ ਸਾਹਿਬ ਜੀ ਉਹਨੇ ਮਿਆਨ ਵਿੱਚੋਂ ਤਲਵਾਰ ਸੂਤੀ ਹੈ। ਮਜੈਲ ਸਿੰਘਾਂ ਨੇ ਸਾਹਮਣੇ ਖਲੋਤਾ ਜਥੇਦਾਰ ਮਾਨ ਸਿੰਘ ਤੂ ਕੇ ਮਿਆਨ ਵਿੱਚੋਂ ਤਲਵਾਰ ਲੱਗਾ ਹੋਇਆ ਮੱਥੇ ਦਾ ਦਾਗ ਧੋਣ ਲਈ ਹੇ ਇਉਂ ਲਲਕਾਰ ਕੇ ਕਹਿ ਰਿਹਾ ਬਈ ਕਰ ਇਕੱਠੇ ਸਿੰਘਾਂ ਨੂੰ ਲੱਗਾ ਮਹਾਂ ਸਿੰਘ ਦੇਣ ਸਲਾਵਾਂ ਅੱਜ ਜਾਪਣ ਅਣਖ ਦੀਆਂ ਗਈਆਂ ਭੱਜ ਡੋਲਿਓ ਬਾਵਾਂ ਕੀਤੀ ਭੁੱਲਿਆ ਪਾ ਦਸਵੇਂ ਸਤਿਗੁਰ ਤੋਂ ਬਖਸ਼ਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਕਰ ਇਕੱਠੇ ਸਿੰਘਾਂ ਨੂੰ ਲੱਗਾ ਮਹਾਂ ਸਿੰਘ ਦੇਣ ਸਲਾਵਾਂ ਅੱਜ ਜਾਪਣ ਅਣਖ ਦੀਆਂ ਗਈਆਂ ਭੱਜ ਡੋਲਿਓ ਬਾਵਾਂ ਦਸਵੇਂ ਸਤਿਗੁਰ ਤੂੰ ਬਖਸ਼ਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਓ ਬੇਮੁਖ ਸਤਿਗੁਰ ਤੋਂ ਲਈਆਂ ਘਰ ਨੂੰ ਮੋੜ ਮਹਾਰਾ ਖਾ ਮੋਰਾ ਮਰ ਜੋਵੇ ਤਾਨੇ ਦੇਣ ਘਰਾਂ ਚੋਂ ਨਾਰਾ ਸੁੱਤੀ ਹੋਈ ਕਿਸਮਤ ਨੂੰ ਆਪਾਂ ਤੇ ਗਿਨਾਲ ਚਮਕਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਬਈ ਮਾਝੇ ਦੀ ਧਰਤੀ ਨੇ ਮਾਝੇ ਦੀ ਧਰਤੀ ਨੇ ਲੱਖਾਂ ਵੀਰ ਬਹਾਦਰ ਜੰਮੇ ਜੇ ਕਾਲ ਖਲੱਥੀ ਨਾ ਸਾਨੂੰ ਕਹਿਣਗੇ ਲੋਕ ਨਕੰਮੇ ਉਤਰ ਸੀ ਤਲੀ ਤੇ ਜੀ ਲੜਦੇ ਗਲੀ ਯਾਰ ਦੀ ਜਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਬੇ ਗੁਰੇ ਸਦਾਉਣ ਨਾਲੋਂ ਚੰਗਾ ਕਈ ਦਰਜੇ ਮਰ ਜਾਣਾ ਨਾ ਰਹਿ ਜੂ ਦੁਨੀਆਂ ਚ ਲਈਏ ਪੈਣ ਸ਼ਹੀਦੀ ਬਾਣਾ ਜੇ ਲੜੀਏ ਦੁਸ਼ਮਣ ਨਾ ਲੜੀਏ ਦੁਸ਼ਮਣ ਨਾ ਪਿੱਛੇ ਪੈਣ ਕਦੇ ਹਟਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਕਹਿ ਸਤਿਗੁਰ ਜਿੱਧਰ ਨੂੰ ਪਾ ਦਿਓ ਉਸੇ ਤਰਫ ਵਹੀਰਾਂ ਲਓ ਪੀਣੀਆਂ ਜ਼ਾਲਮ ਦਾ ਲਈਏ ਮਾਂਜ ਸਿੰਘੋ ਸ਼ਮਸ਼ੀਰਾਂ ਕਲਗੀਧਰ ਸਤਿਗੁਰ ਤੂੰ ਆਪਾਂ ਤਨ ਮਨ ਕੋਲ ਕਮਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਕਹਿ ਨੀ ਮਾਂ ਸਿੰਘ ਨੇ ਰੋਹ ਵਿੱਚ ਖਿੱਚ ਲਈ ਦੇਖ ਮਿਆਨੋ ਰੋਹ ਵਿੱਚ ਖਿੱਚ ਲਈ ਤੇਗ ਮਿਆਨੋ ਵਾਲੀਕ ਜ਼ਮੀਨ ਉੱਤੇ ਆਖਿਆ ਲੰਘੋ ਪਾਰ ਜਵਾਨੋ ਕਦੇ ਦੁਣੀ ਚੰਦ ਵਾਂਗੂ ਪਾੜੇ ਪੰਗਣਾ ਜਾਣ ਗਵਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਆਪਾਂ ਵੀ ਰਹਾਂ ਉਹਨਾਂ ਦੇ ਰਹਿ ਜੋ ਸਿਰ ਲੱਥੇ ਤੋਂ ਲੜਦੇ ਛਾਵੇਂ ਤਲਵਾਰਾਂ ਦੀ ਕਿਸਮਤ ਰਹੇ ਕੌਮ ਦੀ ਘੜਦੇ ਜਰਨੈਲ ਕੇ ਮੇਜਰ ਆਪਾਂ ਗੀਤ ਵਤਨ ਦੇ ਗਾਈਏ ਕਹਿ ਮਾਂ ਸਿੰਘ ਸੂਰਮਿਓ ਲੱਗਾ ਦਾਗ ਕੌਮ ਦਾ ਲਾਈਏ ਮਾਝੇ ਦੀ ਧਰਤੀ ਨੂੰ ਪੰਜਾਬ ਵਿੱਚੋਂ ਮਾਣ ਹੈ ਕਿ ਮਾਝੇ ਦੀ ਧਰਤੀ ਦੇ ਚੱਪਾ ਚੱਪਾ ਉੱਤੇ ਸਾਡੇ ਸ਼ਹੀਦਾਂ ਦਾ ਲਹੂ ਡੁੱਲਾ ਔਰ ਪਿੰਡਾਂ ਦੇ ਪਿੰਡ ਸ਼ਹੀਦੀ ਖਾਨਦਾਨ ਦੇ ਨੇ। ਤਰਨ ਤਾਰਨ ਤੋਂ ਅੰਮ੍ਰਿਤਸਰ ਨੂੰ ਜਾਈਏ, ਤਰਨ ਤਾਰਨ ਦੇ ਨਜ਼ਦੀਕ ਹੀ ਜਥੇਦਾਰ ਮਹਾਂ ਸਿੰਘ ਦਾ ਜੱਦੀ ਨਗਰ ਹੈ ਰਟੌਲ, ਉੱਥੇ ਝੁਲਦਾ ਹੋਇਆ ਕੇਸਰੀ ਨਿਸ਼ਾਨ ਸਾਹਿਬ ਇਸ ਗੱਲ ਦਾ ਹੰਗਾਰਾ ਪਰਦਾ ਹੈ ਕਿ ਇਸ ਨਗਰ ਦੇ ਮਰਦ ਨੇ ਮਧੇਲਾ ਨੇ ਮੱਥੇ ਉੱਤੇ ਲੱਗਾ ਹੋਇਆ ਦਾਗ ਆਪਣੇ ਪਵਿੱਤਰ ਖੂਨ ਵਿੱਚ ਧੋਤਾ ਹੈ। ਜਥੇਦਾਰ ਮਾਨ ਸਿੰਘ ਆਪਣੇ ਪਿੰਡੋਂ ਜਥਾ ਲੈ ਕੇ ਤੁਰਿਆ ਹੈ। ਮਾਈ ਭਾਗੋ ਨੇ ਝਬਾਲ ਦੇ ਪਰਗਣੇ ਨੇ ਸਿੰਘ ਇਕੱਠੇ ਕੀਤੇ ਨੇ। ਇਹਨਾਂ ਸਾਰਿਆਂ ਨੇ ਮਿਲ ਮਿਲਾ ਕੇ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਵਿੱਚ ਇਕੱਠ ਕੀਤਾ ਹੈ। ਅੱਜ ਵੀ ਕੋਈ ਦਿਨ ਦਿਹਾਰ ਹੋਵੇ ਹਮੇਸ਼ਾ ਹੀ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਵਿੱਚ ਲੰਗਰ ਚੱਲਦੇ ਰਹਿੰਦੇ ਨੇ। ਉਹਨਾਂ ਵੇਲਿਆਂ ਵਿੱਚ ਵੀ ਇਸ ਇਲਾਕੇ ਦੀਆਂ ਮਾਈਆਂ ਮੱਸਿਆ ਸੰਗਰਾਂਦ ਅਤੇ ਪੁੰਨਿਆਂ ਵਾਲੇ ਦਿਨ
ਬਾਬਾ ਬੁੱਢਾ ਸਾਹਿਬ ਦੀ ਬੀੜ ਵਿੱਚ ਲੰਗਰ ਲਾਇਆ ਕਰਦੀਆਂ ਸਨ, ਸ਼ਰਧਾਲੂ ਜਾਇਆ ਕਰਦੇ ਨੇ। ਇਸ ਧਰਤੀ ਤੇ ਇਕੱਠ ਬੁਲਾ ਲਿਆ ਹੈ ਭਾਈ ਮਾਨ ਸਿੰਘ ਨੇ, ਕਾਰਨ ਸੀ ਕਿ ਇਲਾਕੇ ਦੇ ਸਾਰੇ ਸਿੰਘਾਂ ਨੂੰ ਪਤਾ ਲੱਗ ਜਾਏ, ਜਿਹਨੇ ਵੀ ਸੁਣਿਆ ਉਹਨੇ ਤਲਵਾਰ ਧੂਲੀ, ਭਰ ਲਿਆ ਤੀਰਾਂ ਦਾ ਪੱਥਰ, ਮਜ਼ਹੀਲਾਂ ਦਾ ਦਲ ਬਾਬਾ ਬੁੱਢਾ ਸਾਹਿਬ ਦੀ ਬੀੜ ਵਿੱਚ ਇਕੱਠਾ ਹੋਇਆ। ਕਈਆਂ ਚਾਲੀਆਂ ਦਾ ਜ਼ਿਕਰ ਕੀਤਾ ਹੈ, ਪਰ ਜੇ ਇਤਿਹਾਸ ਪੜ੍ਹਿਆ ਜਾਏ ਮੁਕਤਸਰ ਦੇ ਮੈਦਾਨ ਨੂੰ ਘੱਟ ਤੋਂ ਘੱਟ ਵੀ 500 ਸੂਰਮਾ ਮਾਝੇ ਦੀ ਧਰਤੀ ਵਿੱਚੋਂ ਲੈ ਕੇ ਜਥੇਦਾਰ ਮਹਾਂ ਸਿੰਘ ਨੇ ਚਾਲਾ ਪਾ ਦਿੱਤਾ ਹੈ। ਇੱਧਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਜੀਵਨ ਦੀ ਉਹ ਮਹਾਨ ਜੰਗ ਲੜ ਕੇ, ਜਿਹਨੂੰ ਚਮਕੌਰ ਦਾ ਮੈਦਾਨ ਕਿਹਾ ਜਾਂਦਾ ਹੈ, ਗੁਰਦੇਵ ਨੇ ਕਿਹਾ ਸੀ 1.25 ਲੱਖ ਸੇ ਇੱਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ, ਚਮਕੌਰ ਦੀ ਹਵੇਲੀ ਜਿਨ੍ਹਾਂ ਨੇ ਇਤਿਹਾਸ ਵਿੱਚੋਂ ਪੜ੍ਹੀ ਉਹ ਜਾਣਦੇ ਨੇ। 10 ਲੱਖ ਵੈਰੀ ਦਾ ਘੇਰਾ ਸੀ ਅਤੇ ਦੁਸ਼ਮਣ ਲਲਕਾਰ ਕੇ ਕਹਿ ਰਿਹਾ ਸੀ, ਗੋਬਿੰਦ ਸਿੰਘਾ ਇਹ ਆਨੰਦਪੁਰ ਦਾ ਕਿਲ੍ਹਾ ਨਹੀਂ, ਇੱਕ ਕੱਚੀ ਹਵੇਲੀ ਹੈ, ਮੇਰੀਆਂ ਫੌਜਾਂ ਨੂੰ ਔਰ ਫੌਜੀ ਜਰਨੈਲਾਂ ਨੂੰ ਇੱਕ ਕਿੱਟ ਵੀ ਨਹੀਂ ਆਏਗੀ, ਸੁੱਟਦੇ ਹਥਿਆਰ ਅਤੇ ਸਰਕਾਰ ਦੇ ਪੇਸ਼ ਹੋ ਜਾ। ਤੀਰਾਂ ਵਿੱਚ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ, ਅੱਲਾ ਯਾਰਖਾਂ ਕਹਿੰਦਾ ਉਸ ਹਵੇਲੀ ਦੇ ਦੁਆਲੇ ਇਉਂ ਲੋਥਾਂ ਦੇ ਢੇਰ ਲੱਗੇ ਹੈ ਜਿਵੇਂ ਸਮਾਂ ਉੱਤੇ ਸੜ ਸੜ ਕੇ ਪਰਵਾਨੇ ਢੇਰੀ ਹੋਏ ਹੋਣ। ਮਹਾਨ ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਸਭ ਤੋਂ ਵੱਡੀ ਜੰਗ ਚਮਕੌਰ ਦੀ ਲੜੀ ਹੈ, ਇਹ ਗੁਰਦੇਵ ਦੀ ਜ਼ਿੰਦਗੀ ਦੀ 13ਵੀਂ ਜੰਗ ਬਣਦੀ ਹੈ। ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਮੁੱਠੀ ਭਰ ਸਿੰਘਾਂ ਨੂੰ ਨਾਲ ਲੈ ਕੇ, ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਨੂੰ ਨਾਲ ਲੈ ਕੇ ਇਹ ਚਮਕੌਰ ਵਿੱਚੋਂ ਚੱਲੇ ਨੇ। ਮਾਛੀਵਾੜੇ ਤੋਂ ਉੱਚਦੇ ਪੀਰ ਬਣੇ, ਕਈਆਂ ਥਾਵਾਂ 'ਤੇ ਰੁਕਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰਾਏਕੱਲੇ ਦੇ ਪਾਸ ਅਪੜੇ ਨੇ। ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਜ਼ੁਲਮ ਦੀ ਜੜ ਪੁੱਟ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਨੇ ਕਾਂਗੜ ਆਣ ਬੈਠੇ ਨੇ। ਇੱਧਰ ਵਜ਼ੀਰ ਖਾਂ ਨੂੰ ਖਬਰ ਮਿਲੀ ਕਿ ਜਿਸ ਗੁਰੂ ਦੇ ਦੋ ਪੁੱਤਰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ, ਦੋ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਹੈ, ਉਹਨੇ ਮਾਲਵੇ ਦੀ ਧਰਤੀ ਦੀਨੇ ਕਾਂਗੜ ਦੇ ਵਿੱਚ ਹਜ਼ਾਰਾਂ ਸਿੱਖ ਨਵੇਂ ਸਾਜ ਰਹੇ ਨੇ। ਕੰਬ ਉੱਠਿਆ ਵਜ਼ੀਰ ਖਾਂ, ਉਹਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ 40 ਸਿੰਘਾਂ ਨੂੰ ਲੈ ਕੇ ਇੰਨੇ ਮਰਦਊਪੁਣੇ ਨਾਲ ਲੜਿਆ ਹੈ, ਜੇ ਉਹਨੇ ਹਜ਼ਾਰਾਂ ਸਿੱਖ ਇਕੱਠੇ ਕਰ ਲਏ ਫਿਰ ਸਰਹੰਦ ਨੂੰ ਖਤਰਾ ਹੈ। ਵਜ਼ੀਰ ਖਾਂ ਨੇ ਕੀਤਾ ਫੌਜੀ ਟੋਲਾ ਇਕੱਠਾ, ਉਹਨੇ ਹੁਕਮ ਕੀਤਾ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਹੈ ਉਹਨੂੰ ਜਿਉਂਦੇ ਨੂੰ ਬੰਨ ਕੇ ਮੇਰੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਕਹਿੰਦੇ ਨੇ ਫੌਜਾਂ ਚੜ੍ਹਨ ਤੋਂ ਪਹਿਲਾਂ ਉਹਨੇ ਕੋਈ ਚਿੱਠੀਆਂ ਵੀ ਲਿਖੀਆਂ ਜਿਨ੍ਹਾਂ ਦਾ ਉੱਤਰ ਤਖ਼ਤਮਲ ਲਖਬੀਰ ਅਤੇ ਸ਼ਮੀਰ ਨੇ ਦਿੱਤਾ, ਸਾਡੇ ਸਿਰ ਤਾਂ ਵੱਢੇ ਜਾ ਸਕਦੇ ਹੈ, ਗੁਰੂ ਗੋਬਿੰਦ ਸਿੰਘ ਅਸੀਂ ਨਹੀਂ ਫੜਾਵਾਂਗੇ। ਗੁਰਦੇਵ ਨੇ ਵੇਖਿਆ ਲੜਾਈ ਨਹੀਂ ਟਲੇਗੀ, ਸਮਾਂ ਆਇਆ ਹੈ, ਸਤਿਗੁਰੂ ਦੀਨੇ ਕਾਂਗੜ ਤੋਂ ਤਿਆਰੀ ਕਰ ਰਹੇ ਨੇ। ਉਹਨਾਂ ਤਿੰਨਾਂ ਭਰਾਵਾਂ ਨੇ ਆਖਿਆ, ਮਹਾਰਾਜ ਅਸੀਂ ਰਾਜਯੋਧ ਦੇ ਪੋਤਰੇ ਹੈ ਅਤੇ ਤੁਸੀਂ 6ਵੇਂ ਪਾਤਸ਼ਾਹ ਮਹਾਰਾਜ ਦੇ ਪੋਤਰੇ ਹੋ, ਸਾਡੀ ਹਵੇਲੀ ਬੜੀ ਤਗੜੀ ਹੈ, ਇੱਥੇ ਲੜਾਈ ਲੜਨੀ ਚਾਹੀਦੀ ਹੈ, ਵਜ਼ੀਰ ਖਾਂ ਦੇ ਦੰਦ ਇਕੱਠੇ ਕਰ ਦਿਆਂਗੇ। ਗੁਰਦੇਵ ਨੇ ਆਖਿਆ, ਨਹੀਂ, ਅਸੀਂ ਵਸੋਂ ਦੇ ਨੇੜੇ ਲੜਾਈ ਲਈ ਲੜਨੀ ਚਾਹੁੰਦੇ, ਕਿਸੇ ਹਜ਼ਾਰ ਵਿੱਚ ਕਿਸੇ ਵਿਹਲੀ ਥਾਂ ਉੱਤੇ ਜਾ ਕੇ ਜੰਗ ਲੜੀ ਜਾਏਗੀ। ਗੁਰੂ ਸਾਹਿਬ ਛੱਡ ਕੇ ਇਸ ਧਰਤੀ ਨੂੰ ਤੁਰ ਪਏ ਨੇ ਅੱਗੇ ਵੱਲ ਨੂੰ। ਇੱਧਰੋਂ ਮਾਝੇ ਦਾ ਜੱਥਾ ਮਾਨ ਸਿੰਘ ਦੀ ਕਮਾਨ ਥੱਲੇ ਤਿਆਰ ਹੋਇਆ, ਬਹੁਤ ਸਾਰੀਆਂ ਬੀਬੀਆਂ ਸਨ ਜਿਨ੍ਹਾਂ ਵਿੱਚ ਮਾਈ ਭਾਗੋ ਹੈ। ਸਿੱਖ ਸਰਦਾਰ ਨੇ ਸਾਰੀਆਂ ਦੇ ਸਾਹਮਣੇ ਫਤਿਹ ਬੁਲਾ ਕੇ ਆਖਿਆ, ਭੈਣੋ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ, ਅਸੀਂ ਜਿਉਂਦੇ ਹਾਂ, ਅਸੀਂ ਪ੍ਰਣ ਕਰਦੇ ਹਾਂ ਕਿ ਦਾਗ ਆਪਣੇ ਖੂਨ ਨਾਲ ਧੋ ਦੇਵਾਂਗੇ। ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੀਆਂ ਬੀਬੀਆਂ ਵਾਪਸ ਚਲੇ ਗਈਆਂ ਨੇ, ਪਰ ਮਾਈ ਭਾਗੋ ਨੇ ਹੱਥ ਜੋੜ ਕੇ ਆਖਿਆ, ਜਥੇਦਾਰ ਮਾਨ ਸਿੰਘ ਜੀ, ਮੇਰੀ ਅਰਦਾਸ ਗੁਰੂ ਮਹਾਰਾਜ ਦੇ ਦਰ 'ਤੇ ਪ੍ਰਵਾਨ ਹੋਈ ਹੈ, ਇਸੇ ਖੁਸ਼ੀ ਵਿੱਚ ਮੈਂ ਵਾਪਸ ਨਹੀਂ ਮੁੜਾਂਗੀ, ਮੈਂ ਆਪਣੇ ਭਰਾਵਾਂ ਦੀ ਬਰਾਬਰ ਉੱਤੇ ਤੇਗ ਚਲਾਵਾਂਗੀ ਔਰ ਲੱਗਾ ਹੋਇਆ ਦਾਗ ਲਾਉਣ ਦੀ ਖਾਤਰ ਆਪਣੀ ਜਾਨ ਵਾਰ ਦੇਵਾਂਗੀ। ਨੰਗ ਕੇ ਹਰੀ ਕਾ ਪੱਤਨ ਮੰਜਲੋ ਮੰਜਲੀ ਚੱਲਦਾ ਹੋਇਆ ਭਾਈ ਮਾਨ ਸਿੰਘ ਦਾ ਜਥਾ ਰਾਮਿਆਣੇ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਨੇ। ਇਹ ਜਾ ਕੇ ਮਿਲਦੇ ਹੈ, ਮੱਥਾ ਟੇਕਿਆ, ਹੱਥ ਜੋੜੇ ਨੇ, ਆਖਿਆ, ਪਾਤਸ਼ਾਹ ਜੀ ਸਾਡੀਆਂ ਭੁੱਲਾਂ ਮਾਫ਼ ਕਰ ਦਿਓ, ਗੁਰੂ ਸਾਹਿਬ ਨੇ ਮੂੰਹ ਦੂਜੇ ਪਾਸੇ ਨੂੰ ਕਰ ਲਿਆ ਹੈ। ਇਹਦੋਂ ਅੱਗੇ ਕੀ ਹੋਇਆ ਇਸ ਕੈਫ ਦੇ ਦੂਸਰੇ ਪਾਸੇ ਸੁਣੋ, ਇਉਂ ਬੇਨਤੀ ਕੀਤੀ ਜਾ ਰਹੀ। ਸੋਹਣੇ ਦੇਸ਼ ਪੰਜਾਬ ਦੀ ਸਵਰਗਾਂ ਤੋਂ ਵੱਧ ਸ਼ਾਨ, ਅੱਜ ਵੀ ਮੇਰੇ ਦੇਸ਼ ਨੂੰ ਗੱਭਰੂਆਂ ਤੇ ਮਾਣ, ਉਦੋਂ ਮਰਦਾਂ ਦੇ ਪੁੱਤਾਂ ਦੀ ਪਰਖ ਹੋਵੇ ਜਦੋਂ ਰਣਾ ਵਿੱਚ ਖੰਡਿਆ ਖੜਕਦੇ ਨੇ, ਆਉਂਦਾ ਜੋਸ਼
जवानी दे खून अंदर दौले वीरता बिच जा फर्क दे ने। इधर गुरु गोबिंद सिंह पातशाह महाराज रामेआणी की धरती विच बैठे है, इन्हां ने जवाब दिता कि जाओ चले जाओ, जिहड़े मेरे आनंदपुर विच दुखां दे वेले साथ छड गया हुण उह की लगदे ने। इतिहासकारां ने दो रावां है, कई कहिंदे कि बदावा लिखिया इत्थे गया, मेरा निश्चा है कि उत्थे भुख कोई नहीं सी इसलिए बदावा आनंदपुर साहब के किले विच लिखिया गया। याद रखो जदों महां सिंह नूं जवाब दे दिता, महाराज ने मूंह दूजे पासे कर लिया, महां सिंह दे नेत्रां विच जल आ गया। माई भागो ने आख्या महां सिंघा हुण तां सिर पहलों देना पवेगा, ते रुसिया यार बाद विच ही मन्नेगा ना। इधर गुरदेव रामेआणे की धरती तों अगे नूं तुर पए ने, बड़ा रौचक इतिहास है, कई प्रकार के दुख कई प्रकार दीआं तकलीफां इस इलाके विच गुरु गोबिंद सिंह महाराज झलदे तुरे जा रहे ने। एक बंदा मिलिया जिहदा नाम इतिहासकारां ने भाई जगराज दस्सिया है। यह बंदा ऐसी किस्म दा सी कि कोई भी गल वेख लै छुपा के रखने वाली भी गल इहदे ढिड विच नहीं सी पजदी। जदों गुरु गोबिंद सिंह महाराज दे लाग दी नंघण लगा, गुरु साहब ने चेता बुला के आख्या ओ भाई जाण वालिया पिछों फौजां चढ़ियां आ रहियां है, वेखी साडा पेत ना दमी, यह गल किसी नूं दसी ना कि गुरु गोबिंद सिंह के नूं जा रहा है। उन्हें हाथ जोड़ के आख्या महाराज सानू की लोड है तुहाडा भेत देण दा, मेरी कड़ी मुगलां दे नाल पग वटाई हुई है। यह कह के गुरु साहब दे कोलों अगे नूं तुर पिया है। रस्ते विच जिहड़ा भी बंदा मिलदा है उन्हें बुला के कहिंदा है आओ जांदा है जिन्हों गुरु गोबिंद सिंह कहिंदे है, सिखां दा गुरु जा रहा है, मैनू कहिंदा सी किसी नूं दसना नहीं, मैनू की लोड़ है। एक सिख ने आके बेनती की महाराज आओ जो बंदा तुहानू मत्था टेक के लंघिया है वह हर बंदे नूं दसदा जा रहा है। गुरु साहब कहिंदे सानू पता सी कि वह ऐसे सुभा दा मालक है कि वह गल सुन के आफर गया है इसलिए उहदी मौत हो जाएगी। मालवे विच कई बारी विचरन दा टाइम मिलिया है, उस इलाके विच उहदी औलाद अज भी जगराज की वसदी है। इतिहास विच लिखिया है कि जदों जगराज का अंत समा आया वह टिड आफर के अफारा हो के फूह हो के मर गया। उहदी अणसा विचों किसी की भी मौत होवे वह मरण तो अठ पार पहला उहदा टिड फुल जाता है। ऐसे चोज करदे गुरु गोबिंद सिंह पातशाह महाराज ने कपूरे नूं नाल लिया सी कि दस किहड़ी जगह लड़न वास्ते ठीक है, क्योंकि कपूरा भी किला देण तों इनकार कर गया सी। उहने आख्या सी महाराज एक टाब है खदराणे दी, जे उहनूं घेरा पा लिया जाए तां दुश्मन दा मुकाबला हो सकदा है, लागे वसो कोई नहीं। गुरु साहब इस टाब तों कुछ हटवें एक उच्ची टिब्बी दे उत्ते तंबू ला के तारा करी बैठे ने। हुण भाई मान सिंह ने वेख्या कि गुरु वल नूं फौज वध रही है, मान सिंह ने सारे साथियों नाल प्रोग्राम बनाया बहादुरो आपां गुरु तों पहला वजीर खां दे गल लग के मरना है, शहीद होना है मर्दां दी तरह। पा के पानी दी टाब नूं घेरा इन्हां झाड़ां उत्ते चादरां पा दित्तियां, इउं जापे कि बहुत वड्डी गिणती विच गुरु गोबिंद सिंह दी इत्थे फौज उतरी हुई है। याद रखो इधरों चढ़िया वजीर खां उहनूं सूहियां खबरां दे रहे ने कि गुरु गोबिंद सिंह दे नाल कोई भी लड़न वाली फौज नहीं, आजाद नूं तुरे जा रहे ने, लै के 8,000 फौज वजीर खां चढ़िया है, वह मारो मार करदा अगे नूं वध्या आ रहा, आया जदों हेठां मार दे ला के नगारे ते चोट खिच के म्यान विचों तलवार छड के बोले सो निहाल सत श्री अकाल दे जकारे, इन्हां मजैल सूरमियां ने जिवें हमला कीता इउं बेनती की जा रही। खदराणे ढाबी उत्ते पुजा जद दुश्मन दल आ गए, महां सिंह बहादुर ने हमला करता काल गुजा गए। दसवां गुर फलन गए बैगी आप गवा के जाना, दुश्मन दिया फौजा दे लाते पल विच कान जवाना। खदराणे ढाबी उत्ते पुजा जद दुश्मन दल आ गए, महा सिंह बहादुर ने हमला करता काल गुजा गए। दसवां गुरु फलन गए बैगी आप गवा के जाना, दुश्मन दिया फौजा दे लाते पल विच कान जवाना। पाए लीड़े चाड़ा ते दुश्मन दल नू पैण भलेखे, भारी फौज खालसे दी पता नहीं किधरों आ गई इत्थे।
ਕਿਤਨ ਤਣਕੇ ਐਸੀ ਛੱਡੀ ਬਾਣੀ ਜਵਾਨਾ ਦੁਸ਼ਮਣ ਦੀਆਂ ਫੌਜਾਂ ਦੇ ਲਾਤੀ ਭਵੇਂ ਚ ਕਹਾਣੀ ਜਵਾਨਾ ਜਿਵੇਂ ਭੁੱਖੇ ਸ਼ੇਰਾਂ ਦੇ ਡਿੱਕੇ ਮਿਰਗ ਕੁਦਰਤੀ ਆਏ ਦੁਸ਼ਮਣ ਦੀਆਂ ਫੌਜਾਂ ਦੇ ਸਿੰਘਾਂ ਨੇ ਪਲ ਵਿੱਚ ਢੇਰ ਲਗਾਏ ਸਹੀ ਵਜੀਆਂ ਸ੍ਰੀ ਉੱਤੇ ਤਸੀਆਂ ਪੈਰਾਂ ਤੱਕ ਕਿਰਪਾਨਾ ਦੁਸ਼ਮਣ ਦੀਆਂ ਫੌਜਾਂ ਦੇ ਲਾਤੀ ਪਲ ਵਿੱਚ ਕਹਾਣੀ ਜਵਾਨਾ ਪਾਣੀ ਦੀ ਟਾਵ ਪਰੀ ਸਿੰਘਾਂ ਮੱਲਿਆ ਚਾਰ ਚਫੇਰਾ ਇੱਕ ਦਿਨ ਸੀ ਗਰਮੀ ਦੇ ਲਾਇਆ ਤੁਰਕਾਂ ਯੋਰ ਬਥੇਰਾ ਪਾਣੀ ਬਿਨ ਬਲਕੀ ਗਏ ਲੱਗੀਆਂ ਤਾਲੂ ਨਾਲ ਜਵਾਨਾ ਦੁਸ਼ਮਣ ਦੀਆਂ ਫੌਜਾਂ ਦੇ ਲਾਤੇ ਪਲ ਵਿੱਚ ਕਹਾਣੀ ਜਵਾਨਾ ਬਈ ਉਧਰ ਗੁਰੇ ਦਸਵੇਂ ਨੇ ਟਿੱਬੀ ਸਾਹਿਬ ਤੋਂ ਤੀਰ ਚਲਾਏ ਵਿੰਨ ਛਾਤੀ ਦੁਸ਼ਮਣ ਦੀ ਲੱਖਾਂ ਯੋਧੇ ਧਰਤੀ ਵਿਛਾਏ ਇੰਨਾ ਮੀਲ ਤੋਂ ਸਤਿਗੁਰੇ ਦਾ ਸਿੱਧਾ ਵੱਜਦਾ ਆਣ ਨਿਸ਼ਾਨਾ ਦੁਸ਼ਮਣ ਦੀਆਂ ਫੌਜਾਂ ਦੇ ਲਾਤੇ ਪਲ ਵਿੱਚ ਕਹਾਣੀ ਜਵਾਨਾ ਸੀ ਮਾਤਾ ਭਾਗੋ ਨੇ ਐਸੀ ਦੇਗ ਜ਼ੋਰ ਨਾਲ ਵਾਈ ਤਾਂ ਕਿ ਦੁਸ਼ਮਣ ਡੋਲ ਗਏ ਲੱਗੇ ਰਣ ਵਿੱਚ ਦੇਣ ਦਹਾਈ ਗੁਲਾਂ ਦੇ ਹੂਰਾਨਾ ਮੇਚੇ ਪਲ ਵਿੱਚ ਹਾਣੀ ਜਵਾਨਾ ਦੁਸ਼ਮਣ ਦੀਆਂ ਫੌਜਾਂ ਦੇ ਲਾਤੇ ਪਲ ਵਿੱਚ ਕਹਾਣੀ ਜਵਾਨਾ ਲੜ ਲੜ ਜਰਨੈਲ ਸਿੰਘਾਂ ਸਿਦਕੀ ਸਿੰਘ ਸ਼ਹੀਦੀ ਪਾ ਗਏ ਲੜ ਜਰਨੈਲ ਸਿੰਘਾਂ ਅਣਖੀ ਸਿੰਘ ਸ਼ਹੀਦੀ ਪਾ ਗਏ ਹੱਥ ਵੇਖ ਜੋਧਿਆਂ ਦੇ ਵੈਰੀ ਹੱਥ ਕੰਨਾਂ ਨੂੰ ਲਾ ਗਏ ਭਗਵੰਤ ਤੇ ਮੇਜਰ ਵੀ ਤਾਈਓ ਗਾਉਂਦੇ ਵਿੱਚ ਦੀਵਾਨਾ ਦੁਸ਼ਮਣ ਦੀਆਂ ਫੌਜਾਂ ਦੇ ਲਾਤੇ ਪਰ ਵਿੱਚ ਕਹਾਣੀ ਜਵਾਨਾ ਇਹਨਾਂ ਸਿਰਲੱਥ ਬਹਾਦਰਾਂ ਨੇ ਵਜ਼ੀਰ ਖਾਨ ਦੀ ਫੌਜ ਦੇ ਪੈਰ ਉਖੇੜ ਕੇ ਰੱਖ ਦਿੱਤੇ ਨੇ ਮਿੱਤਰੋ ਇੱਕ ਪਾਸੇ 8,000 ਵੈਰੀ ਇੱਕ ਪਾਸੇ 500 ਦੇ ਕਰੀਬ ਨੇ ਇੱਧਰ ਗੁਰੂ ਸਾਹਿਬ ਟਿੱਬੀ ਸਾਹਿਬ ਉੱਤੇ ਬੈਠੇ ਨੇ ਕੁਝ ਸਰਦਾਰਾਂ ਨੇ ਬੇਨਤੀ ਕੀਤੀ ਮਹਾਰਾਜ ਵਜ਼ੀਰ ਖਾਨ ਚੜਿਆ ਆ ਰਿਹਾ ਗੁਰੂ ਸਾਹਿਬ ਹੱਸ ਕੇ ਕਹਿੰਦੇ ਬਹਾਦਰੋ ਜੇ ਵਜ਼ੀਰ ਖਾਨ ਚੜਿਆ ਆ ਰਿਹਾ ਹੈ ਤੇ ਉਹਨੂੰ ਨੱਥ ਪਾਉਣ ਵਾਲੇ ਮੇਰੇ ਬਹਾਦਰ ਵੀ ਆ ਗਏ ਨੇ ਇਹਨਾਂ ਮਜੇਲਾਂ ਨੇ ਲਹੂ ਡੋਲਵੀਂ ਲੜਾਈ ਲੜੀ ਇੱਕ ਪਾਸੇ 8,000 ਇੱਕ ਪਾਸੇ 400-500 ਬੰਦਾ ਕਹਿੰਦੇ ਨੇ ਲੜਦਿਆਂ ਲੜਦਿਆਂ ਇੰਨੀ ਤਲਵਾਰ ਚੱਲੀ ਕਿਉਂਕਿ ਮੁਗਲ ਫੌਜ ਚਮਕੌਰ ਦੇ ਮੈਦਾਨ ਤੋਂ ਪੂਰੀ ਡਰੀ ਹੋਈ ਸੀ ਇੱਧਰ ਗੁਰੂ ਸਾਹਿਬ ਟਿੱਬੀ ਸਾਹਿਬੋਂ ਬੈਠੇ ਤੀਰ ਮਾਰ ਰਹੇ ਨੇ ਜਿਹੜੇ ਪਾਸੇ ਵੈਰੀ ਦਾ ਜ਼ੋਰ ਪੈਂਦਾ ਹੈ ਉੱਧਰ ਮਹਾਰਾਜ ਤੀਰਾਂ ਨੇ ਵਰਖਾ ਕਰਕੇ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾ ਰਹੇ ਨੇ ਸੰਸਾਰ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਹੋਰ ਕੋਈ ਤਨਖਤਾਰੀ ਨਹੀਂ ਉਹਨਾਂ ਦੇ ਮੁਕਾਬਲੇ ਉੱਤੇ ਇਤਿਹਾਸ ਵਿੱਚ ਲਿਖਿਆ ਹੈ ਕਿ ਜਿਹੜੀ ਕਮਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੱਥ ਵਿੱਚ ਸੀ ਇਹਦਾ ਵਜ਼ਨ ਹੈ ਪਾਪ ਇਹਦਾ ਬਲ ਹੈ 7 ਟਾਂਕ ਕਮਾਨਾਂ ਬਣਾਉਣ ਵਾਲੇ ਮਿਸਤਰੀ ਜਾਣਦੇ ਨੇ ਉਹ ਕਮਾਨ ਨੂੰ ਬੁਲਾ ਕੇ ਵਿਚਾਲਿਆਂ ਉੱਪਰ ਬੰਨ ਕੇ ਉਹਦੀ ਤੰਦੀ ਨਾਲ 25 ਸਿਰ ਭਾਰ ਲਮਕਾ ਦਿੰਦੇ ਨੇ ਜੇ 25 ਸਿਰ ਵਜ਼ਨ ਦੇ ਨਾਲ ਪਾਪ ਕਮਾਨ ਖਿੱਚੀ ਜਾਵੇ ਚਿੱਲਾ ਚੜ ਜਾਏ ਤਾਂ ਇੱਕ ਟਾਂਕ ਦੀ ਕਮਾਨ ਮੰਨਿਆ ਜਾਂਦਾ ਹੈ ਹਜ਼ੂਰ ਦੀਆਂ ਬਾਹਾਂ ਦਾ ਬਲ ਦਾ ਕੋਈ ਅਣਤਾਜਾ ਨਹੀਂ ਲਾ ਸਕਦਾ 7 ਟਾਂਕ ਦੀ ਕਮਾਨ ਵਿੱਚੋਂ ਚੱਲਿਆ ਹੋਇਆ ਤੀਰ ਕਈਆਂ ਵਿੱਚ ਦੀ ਲੰਘ ਜਾਂਦਾ ਹੈ ਡਰੇ ਹੋਏ ਦੁਸ਼ਮਣ ਪਿੱਛੇ ਨੂੰ ਦੌੜ ਉੱਠਦੇ ਨੇ ਗਰਮੀ ਦੇ ਦਿਨ ਸੀ ਵਿਸਾਖ ਦਾ ਮਹੀਨਾ ਹੈ ਇੰਨੀ ਲਹੂ ਡੋਲਵੀਂ ਲੜਾਈ ਹੋਈ ਕਿ ਸਿੰਘ ਪੁਰਜਾ ਪੁਰਜਾ ਹੋ ਕੇ ਧਰਤੀ ਉੱਤੇ ਡਿੱਗਦੇ ਨੇ ਫਰਕ ਇੰਨਾ ਹੈ ਕਿ ਸਿੰਘ ਮਰਨ ਵਾਸਤੇ ਆਏ ਨੇ ਤੇ ਵੈਰੀ ਜਾਨ ਬਚਾਉਣ ਦੀ ਸੋਚ ਰਹੇ ਨੇ ਮਰਦਾਂ ਦੀ ਤਰ੍ਹਾਂ ਇਹ ਲੜਦੇ ਹੋਏ ਸੂਰਬੀਰ ਬਹਾਦਰ ਇੱਕ ਇੱਕ ਹੋ ਕੇ ਸ਼ਹੀਦ ਹੁੰਦੇ ਜਾ ਰਹੇ ਨੇ ਕਹਿੰਦੇ ਨੇ ਕਿ ਕੋਟ ਕਪੂਰੇ ਵਾਲਾ ਕਪੂਰਾ ਚੌਧਰੀ ਇਹ ਵੀ ਵਜ਼ੀਰ ਖਾਨ ਦੀਆਂ ਫੌਜਾਂ ਨੇ ਗ੍ਰਿਫਤਾਰ ਕੀਤਾ ਹੋਇਆ ਉਹਨੇ ਆਖਿਆ ਕਪੂਰਿਆ ਫੌਜ ਨੂੰ ਤੇ ਬੜੀ ਲੱਗੀ ਹੈ ਤੇ ਕਪੂਰੇ ਨੇ ਆਖਿਆ ਅੱਗੇ ਤਾਂ ਪਾਣੀ ਨਹੀਂ ਮਿਲਣਾ ਇਹੋ ਢਾਬ ਹੈ ਉਹਨੇ ਆਖਿਆ ਇਸ ਢਾਬ ਵੱਲ ਮੂੰਹ ਕਿਹੜਾ ਕਰ ਜਾਏ ਇਧਰੋਂ ਤਾਂ ਅੰਧਾ ਧੁੰਦ ਆ ਰਹੇ ਤੀਰ
ਤੇ ਸ਼ੇਰਾਂ ਵਰਗੇ ਸਿੰਘ ਅੱਗੇ ਨਹੀਂ ਵਧਣ ਦਿੰਦੇ। ਉਹਨੇ ਆਖਿਆ ਫਿਰ ਪਿੱਛੇ ਨੂੰ ਮੁੜ ਜਾਓ, 15 ਮੀਲ ਤੋਂ ਉਰੇ ਤੁਹਾਨੂੰ ਪਾਣੀ ਨਹੀਂ ਮਿਲ ਸਕੇਗਾ। ਬਲਕ ਗਈ ਲੜਦਿਆਂ ਲੜਦਿਆਂ, ਫੌਜ ਪਾਣੀ ਨੂੰ ਤਰਸ ਰਹੀ ਸੀ। ਜਦੋਂ ਇੱਕ ਪਾਸੇ ਸਿੰਘ ਸ਼ਹੀਦ ਹੋ ਕੇ ਡਿੱਗ ਰਹੇ ਨੇ ਤੇ ਦੂਸਰੇ ਪਾਸੇ ਉਹ ਪੰਥ ਦੀ ਛੀਣੀ ਜਵਾਲ ਦੇ ਰਹਿਣ ਵਾਲੀ ਮਾਤਾ ਪਾਕ ਕੌਰ ਸੂਤ ਕੇ ਮਿਆਨ ਵਿੱਚੋਂ ਚੰਡੀ ਹੋ ਕੇ ਘੋੜੇ ਤੇ ਸਵਾਰ ਜਿਵੇਂ ਦੁਸ਼ਮਣਾਂ ਦੇ ਕਾਣ ਲਾਉਂਦੀ ਫਿਰਦੀ ਹੈ, ਇਉਂ ਬੇਨਤੀ ਕੀਤੀ ਜਾ ਰਹੀ। ਮਾਤਾ ਭਾਗੋ ਸੀ ਭਖੀ ਅੰਗਿਆਰੇ ਵਾਂਗੂ, ਮਾਤਾ ਭਾਗੋ ਸੀ ਭਖੀ ਅੰਗਿਆਰੇ ਵਾਂਗੂ, ਪਾ ਕੇਰ ਕਾਬਾਂ ਤੇ ਭਾਰ ਹੈ ਜੀ। ਛੀਣੀ ਪੰਥ ਦੀ ਚੰਡੀ ਦਾ ਰੂਪ ਕਰਕੇ ਛੀਣੀ, ਪੰਥ ਦੀ ਚੰਡੀ ਦਾ ਰੂਪ ਕਰਕੇ ਵਾਉਂਦੀ, ਜੰਗ ਦੇ ਵਿੱਚ ਤਲਵਾਰ ਹੈ ਜੀ। ਮਾਤਾ ਭਾਗੋ ਸੀ ਪਖੀ ਅੰਗਿਆਰ ਵਾਂਗੂ, ਮਾਤਾ ਭਾਗੋ ਸੀ ਪਖੀ ਅੰਗਿਆਰ ਵਾਂਗੂ, ਪਾ ਕੇ ਉੱਤੇ ਰਕਾਬਾਂ ਦੇ ਭਾਰ ਹੈ ਜੀ। ਛੀਣੀ ਪੰਥ ਦੀ ਚੰਡੀ ਦਾ ਰੂਪ ਕਰਕੇ ਛੀਣੀ, ਪੰਥ ਦੀ ਚੰਡੀ ਦਾ ਰੂਪ ਕਰਕੇ ਵਾਉਂਦੀ, ਜੰਗ ਦੇ ਵਿੱਚ ਤਲਵਾਰ ਹੈ ਜੀ। ਧਰਮ ਰੱਖਣੇ ਨੂੰ ਦੈਂਤ ਪੱਖਣੇ ਨੂੰ, ਪੱਖਣੇ ਨੂੰ ਧਰਮ ਰੱਖਣੇ ਨੂੰ ਦੈਂਤ ਪੱਖਣੇ ਨੂੰ ਆਈ, ਚੰਡਿਕਾ ਯੁੱਧ ਵਿੱਚ ਕਾਰ ਹੈ ਜੀ। ਖੱਬੀ ਖਾਨ ਜੋ ਚੜੇ ਦਸ਼ਮੇਸ਼ ਉੱਤੇ, ਖੱਬੀ ਖਾਨ ਜੋ ਚੜੇ ਦਸ਼ਮੇਸ਼ ਉੱਤੇ ਢਾਹੇ, ਉਹਨੇ ਲਲਕਾਰ ਲਲਕਾਰ ਹੈ ਜੀ। ਕੀਤਾ ਭੇਸ ਮਰਦਾਵਾਂ ਸੀ ਵਾਂਗ ਮਰਦਾ ਉਸਨੇ, ਕੀਤਾ ਭੇਸ ਮਰਦਾਵਾਂ ਸੀ ਵਾਂਗ ਮਰਦਾ ਵਾਰ, ਰੋਕਦੀ ਤੇ ਕਰਦੀ ਵਾਰ ਹੈ ਜੀ। ਵੈਰੀ ਉੱਕੜਦੇ ਰਣ ਚੋਂ ਵੈਰੀਆਂ ਦੇ, ਵੈਰੀਆਂ ਦੇ ਪੈਰੀ ਉੱਕੜਦੇ ਰਣ ਚੋਂ ਵੈਰੀਆਂ ਦੇ ਲੀਕੇ, ਜਾਮਾ ਕੀ ਹੋਵੇ ਫਰਾਰ ਹੈ ਜੀ। ਮਾਣ ਜਿੰਨਾ ਨੂੰ ਬਹੁਤ ਸੀ ਡੋਲਿਆਂ ਤੇ, ਜਿਨ੍ਹਾਂ ਨੂੰ ਹੈਗਾ ਸੀ ਡੋਲਿਆਂ ਤੇ ਗਏ, ਜੰਗ ਚੋਂ ਹੌਸਲਾ ਹਾਰ ਕੇ ਜੀ। ਮਾਲਕ ਪੰਥ ਦੇ ਪਿਤਾ ਦਸ਼ਮੇਸ਼ ਮੇਰੇ ਮਾਲਕ, ਪੰਥ ਦੇ ਪਿਤਾ ਦਸ਼ਮੇਸ਼ ਮੇਰੇ ਵੇਖ, ਕਹਿਣ ਬੁਲਹਾਰ ਬੁਲਹਾਰ ਹੈ ਜੀ। ਫੱਟ ਖਾ ਖਾ ਕੇ ਡਿੱਗੀ ਘੈਲ ਹੋ ਕੇ, ਫੱਟ ਖਾ ਖਾ ਕੇ ਡਿੱਗੀ ਘੈਲ ਹੋ ਕੇ, ਬਾਜਾਂ ਵਾਲੇ ਨੂੰ ਅੰਤ ਸੀ ਯਾਦ ਕਰਦੀ। ਕੋਟੀ ਬਖਸ਼ ਦੇ ਭੁੱਲ ਦਸ਼ਮੇਸ਼ ਦਾਤੇ, ਦਸ਼ਮੇਸ਼ ਦਾਤੇ ਸਾਡੀ, ਬਖਸ਼ ਦੇ ਭੁੱਲ ਦਸ਼ਮੇਸ਼ ਦਾਤੇ ਡਿੱਗੀ, ਧਰਤ ਤੇ ਇੰਜ ਫਰਿਆਦ ਕਰਦੀ। ਮਾਨੋ ਇਹਨਾਂ ਬਹਾਦਰਾਂ ਵਿੱਚੋਂ ਕੋਈ ਵੀ ਸੂਰਮਾ ਦੁਸ਼ਮਣ ਦੇ ਫੱਟ ਖਾ ਕੇ ਸ਼ਹੀਦ ਹੋ ਕੇ ਜਦੋਂ ਧਰਤੀ ਤੇ ਟੈਂਦਾ ਹੈ ਤੇ ਉਹਦੀ ਆਤਮਾ ਇਹੋ ਪੁਕਾਰਦੀ ਸੀ, ਸੱਚੇ ਪਾਤਸ਼ਾਹ ਹੁਣ ਤਾਂ ਆਖਰੀ ਸਾਹਾਂ ਉੱਤੇ ਪਏ, ਇੱਕ ਵਾਰੀ ਆਣ ਕੇ ਦਦਾਰ ਦੇ ਦਿਓ। ਜਦੋਂ ਉਹਨਾਂ ਜੋੜਿਆਂ ਦਾ ਇਤਿਹਾਸ ਪੜੀਦਾ ਹੈ, ਕਦੇ ਹਜ਼ੂਰ ਸਾਹਿਬ ਜਾਣ ਦਾ ਮੌਕਾ ਮਿਲੇ, ਉੱਥੇ ਉਹਨਾਂ ਸੂਰਮਿਆਂ ਦੇ ਸ਼ਸਤਰ ਪਏ ਨੇ। ਮਾਤਾ ਭਾਗੋ ਦੀ ਬੰਦੂਕ ਮਾਤਾ ਭਾਗੋ ਦੇ ਬੁੰਗੇ ਵਿੱਚ ਮੌਜੂਦ ਹੈ, ਜਿਹਦਾ ਸਵਾ ਮਣ ਪੱਕਾ ਵਜਨ ਹੈ, 12 ਫੁੱਟ ਲੰਮੀ ਹੈ। ਜੇ ਉਸ ਮੌਕੇ ਦੀਆਂ ਸਿੰਘਣੀਆਂ ਦੇ ਸ਼ਸਤਰ ਇਤਨੇ ਮਹਾਨ ਹਨ ਤਾਂ ਸ਼ੇਰਾਂ ਬਾਰੇ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇੱਕ ਇੱਕ ਕਰਕੇ ਪੁਰਜਾ ਪੁਰਜਾ ਹੋ ਕੇ ਇਹ ਬਹਾਦਰ ਧਰਤੀ ਉੱਤੇ ਟੈਂਦੇ ਗਏ। ਜਦੋਂ ਸਿੰਘ ਸ਼ਹੀਦ ਹੋ ਗਏ, ਇਧਰੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਤੀਰਾਂ ਦੀ ਵਰਖਾ ਤੇਜ਼ ਕਰ ਦਿੱਤੀ। ਵਜ਼ੀਰ ਖਾਨ ਦੀ ਫੌਜ ਮੈਦਾਨ ਵਿੱਚੋਂ ਦੌੜ ਗਈ ਹੈ, ਉਹ ਪਿੱਛੇ ਨੂੰ ਮੁੜ ਗਏ ਨੇ। ਮੇਰੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਹੋ ਕੇ ਘੋੜੇ ਤੇ ਸਵਾਰ ਲੈ ਕੇ ਸਿੰਘਾਂ ਨੂੰ ਨਾਲ ਇਸ ਮੈਦਾਨ ਵਿੱਚ ਆਏ ਨੇ। ਯਾਦ ਰੱਖੋ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸਿਰ ਵਾਰਨ ਵਾਲਿਆਂ ਨੇ ਮੋਹ ਲਿਆ ਸੀ, ਉੱਠੇ ਨੇ ਮੇਰੇ ਦਸ਼ਮੇਸ਼ ਦਾਤਾ, ਆਏ ਨੇ ਉਸ ਮੈਦਾਨ ਵਿੱਚ ਜਿੱਥੇ ਮਜੈਲ ਸੂਰਮੇ ਮਰਦਾਂ ਦੀ ਤਰ੍ਹਾਂ ਲੜ ਲੜ ਕੇ ਕੈਲ ਹੋਏ ਪਏ ਨੇ। ਗੁਰੂ ਸਾਹਿਬ ਹਰ ਧਰਤੀ ਉੱਤੇ ਡਿੱਗੇ ਹੋਏ ਸ਼ੇਰ ਨੂੰ ਸਿੱਧਾ ਕਰਦੇ ਨੇ, ਉਹਦਾ ਮੂੰਹ ਪੂੰਝਦੇ ਨੇ, ਉਹਦੇ ਫੱਟ ਗਿਣਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਆਹ ਮੇਰਾ 10 ਹਜ਼ਾਰੀ ਹੈ, ਆਹ ਮੇਰਾ 20 ਹਜ਼ਾਰੀ ਹੈ, ਆਹ ਮੇਰਾ 30 ਹਜ਼ਾਰੀ ਹੈ।
ਆ ਮੇਰਾ 40,000 ਹੈ, ਆ ਮੇਰਾ 50,000 ਹੈ। ਬਹੁਤ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਧਰਤੀ ਦੇ ਸ਼ਹੀਦਾਂ ਨੂੰ ਦਿੱਤੇ, 40 ਸਿੱਖਾਂ ਨੂੰ ਮੁਕਤਿਆਂ ਦਾ ਵਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੀ ਮੁਬਾਰਕ ਰਸਨਾ ਵਿੱਚੋਂ ਦਿੱਤਾ ਹੈ। ਆਓ ਤੱਕੀਏ ਜਦੋਂ ਇਹਨਾਂ ਸ਼ਹੀਦਾਂ ਦੇ ਮੂੰਹ ਪੂੰਜ ਰਹੇ ਸਨ, ਇਹਨਾਂ ਵਿੱਚੋਂ ਆਖਰੀ ਦਮਾਂ ਉੱਤੇ ਪਿਆ ਸੀ ਜਥੇਦਾਰ ਭਾਈ ਮਾਨ ਸਿੰਘ ਸਾਹਿਬ। ਜਦੋਂ ਮਾਨ ਸਿੰਘ ਦਾ ਮੂੰਹ ਪੂੰਜਿਆ, ਉਹਦੇ ਮੂੰਹ ਵਿੱਚ ਪਾਣੀ ਪਾਇਆ, ਸਹਿਕਰੈ ਸਿੰਘ ਦੇ ਨੇਤਰ ਖੁੱਲੇ ਨੇ, ਕੀ ਤੱਕਿਆ ਕਿ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਭਾਈ ਮਾਨ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਤੱਕ ਕੇ ਭਾਈ ਮਾਨ ਸਿੰਘ ਦੀ ਜ਼ਬਾਨ ਵਿੱਚੋਂ ਨਿਕਲਿਆ, ਸੱਚੇ ਪਾਤਸ਼ਾਹ ਸਾਨੂੰ ਬਖਸ਼ ਦਿਓ ਭੁੱਲਿਆਂ ਨੂੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ, ਮਾਨ ਸਿੰਘਾ, ਗੁਰੂ ਨਾਨਕ ਦੇ ਦਰ ਦੇ ਦਰਵਾਜ਼ੇ ਖੁੱਲ੍ਹ ਗਏ ਨੇ, ਮੰਗ ਲਾ ਜੋ ਕੁਝ ਮੰਗਣਾ। ਆਖੇ ਤਾਂ ਕਈ ਯੁੱਗ ਲੰਮੀ ਉਮਰ ਦੇ ਦੇਵਾਂ, ਆਖੇ ਤਾਂ ਦੁਨੀਆਂ ਨਾਲ ਰਾਜ ਦੇ ਦੇਵਾਂ। ਭਾਈ ਮਾਨ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਨਾ ਲੰਮੀ ਉਮਰ ਦੀ ਚਾਹਨਾ ਹੈ, ਨਾ ਰਾਜ ਭਾਗ ਦੀ ਚਾਹਨਾ ਹੈ। ਗੁਰਦੇਵ ਨੇ ਆਖਿਆ, ਕੀ ਚਾਹੁੰਦਾ? ਹੱਥ ਜੋੜ ਕੇ ਬੋਲਿਆ, ਕਹਿੰਦਾ, ਸੱਚੇ ਪਾਤਸ਼ਾਹ ਉਹ ਜੋ ਅਨੰਦਪੁਰ ਦੀ ਧਰਤੀ ਵਿੱਚ ਲਿਖਿਆ ਗਿਆ ਕਾਗਜ਼ ਹੈ, ਉਹ ਮੇਰੀਆਂ ਅੱਖਾਂ ਦੇ ਸਾਹਮਣੇ ਕਰਕੇ ਪਾੜ ਦਿਓ। ਕਿਵੇਂ ਭਾਈ ਮਾਨ ਸਿੰਘ ਨੇ ਮੰਗ ਕੀਤੀ, ਗੁਰੂ ਸਾਹਿਬ ਨੇ ਕੀ ਆਖਿਆ, ਉਸ ਵੇਲੇ ਦੇ ਉੱਤਰ ਅਤੇ ਪ੍ਰਸ਼ਨ, ਸਵਾਲ ਅਤੇ ਜਵਾਬ ਇਉਂ ਪੇਸ਼ ਕੀਤੇ ਜਾ ਰਹੇ, ਪਿਆਰ ਨਾਲ ਸੁਣੀਏ। ਲਈ ਕੇ ਗੋਦੀ ਵਿੱਚ ਗੁਰੂ ਜੀ ਨੇ ਆਖਿਆ, ਹੱਦ ਕੀਤੀ ਮੇਰੇ ਸੂਰਮੇ ਲੜਾਕਿਆ, ਜਿੰਨੇ ਤੇਗ ਨਾਲ ਵੈਰੀਆਂ ਨੂੰ ਫਾਕਿਆ, ਵਿਜਾ ਤੀਰਾਂ ਨਾਲ ਪਿਆ ਤੇਰਾ ਅੰਗ ਅੰਗਲ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ। ਮਹਾਂ ਸਿੰਘ ਆਖਦਾ ਪੁਕਾਰ ਕੇ, ਆਇਆ ਹੁਣ ਮੈਂ ਸ਼ਹੀਦ ਦਿਲੋਂ ਥਾਰ ਕੇ, ਹੋਇਆ ਜ਼ਖਮੀ ਹਵੇਰੀਆਂ ਨੂੰ ਮਾਰ ਕੇ, ਹੁੰਦਾ ਸੂਰ ਮੈਂ ਸਿਰ ਨਾਲ ਦਾਵਾ, ਗੁਰੂ ਜੀ ਜਿਹੜਾ ਲਿਖਿਆ ਲਿਖਿਆ ਮੈਂ ਪਾੜੀ ਦੋ ਵਿਦਾਵਾ, ਗੁਰੂ ਜੀ ਜਿਹੜਾ ਲਿਖਿਆ ਮੈਂ ਪਾੜੀ ਦੋ ਵਿਦਾਵਾ, ਗੁਰੂ ਜੀ ਲਈ ਕੇ ਗੋਦੀ ਵਿੱਚ ਗੁਰੂ ਜੀ ਨੇ ਆਖਿਆ, ਹੱਦ ਕੀਤੀ ਮੇਰੇ ਸੂਰਮੇ ਲੜਾਕਿਆ, ਜਿੰਨੇ ਤੇਗ ਨਾਲ ਵੈਰੀਆਂ ਨੂੰ ਫਾਕਿਆ, ਵਿਜਾ ਤੀਰਾਂ ਨਾਲ ਪਿਆ ਤੇਰਾ ਅੰਗ ਅੰਗ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ। ਅੱਗੋ ਮਹਾਂ ਸਿੰਘ ਆਖਦਾ ਪੁਕਾਰ ਕੇ, ਆਇਆ ਹੁਣ ਮੈਂ ਸ਼ਹੀਦ ਦਿਲੋਂ ਤਾਰ ਕੇ, ਹੋਇਆ ਜ਼ਖਮੀ ਹਵੈਰੀਆਂ ਨੂੰ ਮਾਰ ਕੇ, ਹੁੰਦਾ ਸੂਰ ਮੈਂ ਦਾ ਸਿਰ ਨਾਲ ਦਾਵਾ, ਗੁਰੂ ਜੀ ਜਿਹੜਾ ਲਿਖਿਆ ਲਿਖਿਆ ਮੈਂ ਪਾੜ ਦਿਓ ਬਦਾਵਾ, ਗੁਰੂ ਜੀ ਜਿਹੜਾ ਲਿਖਿਆ ਮੈਂ ਪਾੜ ਦਿਓ ਬਦਾਵਾ, ਗੁਰੂ ਜੀ ਉਹ ਸਿੰਘਾ ਬਹੁਤ ਕੀਤਾ ਸਾਨੂੰ ਤੂੰ ਨਿਹਾਲ ਹੈ, ਖੇਡ ਖੇਡੀ ਬਹੁਤ ਤੇਗ ਦੀ ਕਮਾਲ ਹੈ, ਜੰਗੀ ਸੂਰਿਆਂ ਦੀ ਹੁੰਦੀ ਇਹੋ ਚਾਲ ਹੈ, ਚੰਗੀ ਵੈਰੀਆਂ ਦੀ ਰੋਲੀ ਰਾਣ ਵਿੱਚ ਚੰਡ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ। ਉਹ ਕੀਤੀ ਗਲਤੀ ਸੀ ਅਨੰਦਪੁਰ ਪਾਰੀ ਮੈਂ, ਜਿੰਦ ਦੁੱਖਾਂ ਵਿੱਚ ਕਰ ਲਈ ਪਿਆਰੀ ਮੈਂ, ਆਇਆ ਹੁਣ ਸਾ ਸ਼ਹੀਦ ਦੂਜੀ ਵਾਰੀ ਮੈਂ, ਭੈਣ ਸੂਰਮਿਆਂ ਦਾ ਅਸਲੀ ਭਰਾਵਾ, ਗੁਰੂ ਜੀ ਜਿਹੜਾ ਲਿਖਿਆ ਲਿਖਿਆ ਮੈਂ ਪਾੜ ਦਿਓ ਬਦਾਵਾ, ਗੁਰੂ ਜੀ ਜਿਹੜਾ ਲਿਖਿਆ ਮੈਂ ਪਾੜ ਦਿਓ ਬਦਾਵਾ, ਗੁਰੂ ਜੀ ਮੁੱਲ ਤੇਰੀ ਮੈਂ ਬਹਾਦਰੀ ਦਾ ਪਾ ਦਿਆਂ, ਤੈਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿਆਂ, ਮੁੱਲ ਤੇਰੀ ਮੈਂ ਬਹਾਦਰੀ ਦਾ ਪਾ ਦਿਆਂ, ਤੈਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿਆਂ, ਜਿੰਨੀ ਚਾਹੇ ਤੇਰੀ ਉਮਰ ਵਧਾ ਦਿਆਂ, ਰਹਿੰਦੀ ਸੁੱਖਾਂ ਵਿੱਚ ਜਾਵੇ ਜੋ ਉਮਰ ਲੰਘ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ, ਜਾਂਦੀ ਵਾਰ ਦੀ ਕੋਈ ਮਹਾਂ ਸਿੰਘਾ ਮੰਗ ਮੰਗ ਲੈ। ਇਹੋ ਆਸ ਮੇਰੇ ਦਿਲ ਦੀ ਪਿਜਾ ਦਿਓ, ਹੱਥੀ ਪਾੜ ਕੇ ਵਧਾਵਾ ਇਹ ਵਿਖਾ ਦਿਓ, ਸਾਡੇ ਮੱਥੇ ਤੇ ਕਲੰਕ ਲੱਗਾ ਲਾ ਦਿਓ, ਹੁੰਦਾ ਰਾਜ ਭਾਗ ਦੇਣ ਦਾ ਵਿਖਾਵਾ, ਗੁਰੂ ਜੀ ਜਿਹੜਾ ਲਿਖਿਆ
ਲਿਖਿਆ ਮੈਂ ਪਾੜ ਦਿਓ ਬਦਾਵਾ ਗੁਰੂ ਜੀ, ਜਿਹੜਾ ਲਿਖਿਆ ਮੈਂ ਪਾੜ ਦਿਓ ਬਦਾਵਾ ਗੁਰੂ ਜੀ। ਉਹ ਝੱਟ ਪਾੜਤਾ ਬਦਾਵਾ ਗੁਰਾਂ ਹੱਸ ਕੇ, ਜਸ ਗਿਆ ਏ ਜਹਾਨੋਂ ਸਿੰਘਾ ਖੱਟ ਕੇ, ਜਿੰਨੇ ਵੈਰੀ ਨਾਲ ਲੜਾਈ ਕੀਤੀ ਡੱਟ ਕੇ, ਦਿੱਤਾ ਮੁਕਤੀ ਦਾ ਗੁਰੂ ਜੀ ਨੇ ਮੁੱਖੋਂ ਵਾਰ ਹੈ ਬਣੀ ਢਾਬ ਬਈ, ਢਾਬ ਖਦਰਾਣੇ ਦੀ ਮੁਕਤ ਸਾਰ ਹੈ ਬਣੀ ਢਾਬ ਖਤਰਾਣੇ ਦੀ ਮੁਕਤ ਸਾਰ ਹੈ। ਓ ਮਹਾਂ ਸਿੰਘਾ ਤੇਰੀ ਧੰਨ ਕਿਰਬਾਨੀ ਜੀ, ਵਾਰੀ ਹੱਸ ਕੇ ਤੂੰ ਸੋਹਣੀ ਜਿੰਦਗਾਨੀ ਜੀ, ਇਹੋ ਜੰਗੀ ਜਾਰਾ ਨੀਲਾ ਦੀ ਨਿਸ਼ਾਨੀ ਜੀ, ਜਿੱਥੇ ਕੌਮ ਦੇ ਸ਼ਹੀਦਾਂ ਦਾ ਹੈ ਖੂਨ ਡੋਲਦਾ, ਉੱਥੇ ਕੇਸਰੀ ਕੇਸਰੀ ਨਿਸ਼ਾਨ ਸਦਾ ਰਹਿੰਦਾ ਚੁੱਲਦਾ, ਉੱਥੇ ਕੇਸਰੀ ਨਿਸ਼ਾਨ ਸਦਾ ਰਹਿੰਦਾ ਚੁੱਲਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮਹਾਂ ਸਿੰਘ ਦੇ ਆਖਰੀ ਵਿਚਾਰ ਗੱਲਾਂ ਬਾਤਾਂ ਰਾਹੀਂ ਸਰਵਣ ਕਰ ਰਹੇ ਨੇ। ਜਦੋਂ ਮਹਾਂ ਸਿੰਘ ਨੇ ਤਰਲਾ ਲੈ ਕੇ ਆਖਿਆ, ਹੇ ਗੁਰਦੇਵ ਉਹ ਕਾਗਜ਼ ਮੇਰੀਆਂ ਅੱਖਾਂ ਦੇ ਸਾਹਮਣੇ ਪਾੜ ਦਿਓ ਸਰਬੰਸਦਾਨੀ, ਗੁਰੂ ਗੋਬਿੰਦ ਸਿੰਘ ਨੇ ਆਖਿਆ, ਉਹ ਮਹਾਂ ਸਿੰਘ ਮੈਂ ਸੁੱਖਾਂ ਵਸਦਾ ਆਨੰਦਪੁਰ ਛੱਡ ਦਿੱਤਾ, ਪਰਿਵਾਰ ਸ਼ਹੀਦ ਕਰਾ ਲਿਆ, ਪਰ ਤੇਰੀ ਯਾਦ ਉਹ ਲਿਖਿਆ ਹੋਇਆ ਤੁਹਾਡਾ ਕਾਗਜ਼ ਅੱਜ ਵੀ ਮੇਰੇ ਕਮਰ ਕੱਸੇ ਵਿੱਚ ਹੈ। ਮੈਨੂੰ ਪਤਾ ਸੀ ਕਿ ਭੁੱਲੇ ਹੋਏ ਕਦੇ ਪਰਤ ਆਉਣਗੇ। ਗੁਰਦੇਵ ਨੇ ਆਖਿਆ, ਮੈਂ ਸਭ ਕੁਝ ਛੱਡ ਆਇਆ ਹਾਂ, ਪਰ ਤੇਰਾ ਉਹ ਕਾਗਜ਼ ਅੱਜ ਵੀ ਮੇਰੇ ਕੋਲ ਮੌਜੂਦ ਹੈ। ਭਾਈ ਮਹਾਂ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਸਾਹਿਬ ਨੇ ਉਹ ਕਾਗਜ਼ ਬਦਾਵੇ ਵਾਲਾ ਪਾੜ ਦਿੱਤਾ ਹੈ। ਮਾਤਾ ਭਾਗੋ ਉਹ ਤਰਲਾ ਲੈ ਕੇ ਕਹਿੰਦੀ, ਮਹਾਰਾਜ ਬਖਸ਼ ਲਓ। ਇਤਿਹਾਸ ਕਹਿੰਦਾ ਹੈ ਸਾਰੇ ਸਿੰਘ ਸ਼ਹੀਦ ਹੋ ਗਏ, ਇੱਕ ਮਾਤਾ ਭਾਗੋ ਬਚ ਗਈ ਜਿਹਦਾ ਇਲਾਜ ਗੁਰੂ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਕਰਵਾਇਆ ਹੈ। ਹੁਣ ਵਾਰੀ ਆਈ ਸ਼ਹੀਦ ਸਿੰਘਾਂ ਦੇ ਸੰਸਕਾਰ ਦੀ। ਗੁਰੂ ਸਾਹਿਬ ਨੇ ਇਸ ਢਾਬ ਨੂੰ ਮੁਕਤਸਰ ਸਾਹਿਬ ਆਪਣੀ ਜ਼ਬਾਨ ਵਿੱਚੋਂ ਕਿਹਾ ਹੈ, ਜਿਹੜਾ ਵੀ ਸਿੱਖ ਸ਼ਰਧਾ ਦੇ ਨਾਲ ਮਾਘੀ ਦਾ ਇਸ਼ਨਾਨ ਇਸ ਪਾਵਨ ਢਾਬ ਵਿੱਚ ਕਰੇਗਾ, ਮੁਕਤੀ ਦੇ ਸਰ ਵਿੱਚ ਕਰੇਗਾ, ਉਹ ਮੁਕਤ ਹੋ ਜਾਵੇਗਾ, ਉਹ ਮੁਕਤੀ ਪ੍ਰਾਪਤ ਕਰੇਗਾ, ਕਿਉਂਕਿ ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਉਹਦੇ ਸਾਥੀਆਂ ਨੂੰ ਮੁਕਤੀ ਦਾ ਵਰਦਾਨ ਦਿੱਤਾ ਹੈ। ਆਓ ਤੱਕੀਏ ਵਾਰੀ ਆਈ ਸੰਸਕਾਰ ਦੀ। ਇੱਕ ਅੰਗੀਠਾ ਬਣਾ ਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਰੇ ਹੀ ਸ਼ਹੀਦ ਸਿੰਘਾਂ ਦੀਆਂ ਪਵਿੱਤਰ ਦੇਹਾਂ ਇਸ ਚਿਖਾ ਉੱਤੇ ਇਸ ਅੰਗੀਠੇ ਉੱਤੇ ਧਰ ਦਿੱਤੀਆਂ ਹਨ। ਨਾਲ ਹੀ ਹਜ਼ੂਰ ਵਰ ਦੇ ਰਹੇ ਨੇ ਕਿ ਖਾਲਸਾ ਦੁਨੀਆਂ ਉੱਤੇ ਰਾਜ ਕਰੇਗਾ। ਕਿਸੇ ਨੂੰ ਕਹਿੰਦੇ ਹੈ ਇਹ ਪਰਬਤ ਦਾ ਰਾਜਾ ਹੈ, ਕਿਸੇ ਨੂੰ ਕਹਿੰਦੇ ਹੈ ਇਹ ਕਾਬਲ ਦਾ ਰਾਜਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹਨਾਂ ਸ਼ਹੀਦਾਂ ਨੂੰ ਜਿਵੇਂ ਵਰ ਦੇ ਰਹੇ ਨੇ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਸ਼ਹੀਦਾਂ ਦਾ ਸੰਸਕਾਰ ਗੁਰੂ ਜੀ ਹੱਥੀ ਕਰਦੇ ਨੇ, ਲੋਕ ਉਹਨਾਂ ਨੂੰ ਪੂਜਣ ਜਿਹੜੇ ਧਰਮ ਤੋਂ ਮਰਦੇ ਨੇ, ਜਿਹੜੇ ਰਣ ਵਿੱਚ ਜੂਜੇ ਲਾ ਕੇ ਚੋਟ ਨਿਗਾਰਿਆਂ ਨੂੰ, ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ, ਮਹਾਂ ਸਿੰਘਾਂ ਤੂੰ ਖੱਟ ਲਿਆ ਟਿੱਕਾ ਜਸ ਨੇਕੀ ਦਾ, ਕੀਰਤ ਸਿੰਘ ਨੂੰ ਦਿੱਤਾ ਸੀ ਵਰ ਗੁਰਾਂ ਬਬੇਕੀ ਦਾਹੀਆ, ਉਹ ਸਿਰ ਦੇ ਕੇਂਦ ਜਰਾਨੇ ਬੋਲਿਆ ਮਿੱਤਰ ਪਿਆਰਾਂ ਨੂੰ, ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ, ਆਹੇ ਦਸ ਹਜ਼ਾਰੀ ਉਹ ਹੈ ਵੀਹ ਹਜ਼ਾਰੀ ਜੀ, ਆਹੇ ਤੀਹ ਹਜ਼ਾਰੀ ਜਿਸਨੇ ਜ਼ਿੰਦਗੀ ਵਾਰੀ ਜੀ, ਉਹਨਾਂ ਦੀ ਖੂਨ ਦੀ ਤਰਕੀ ਲਾ ਗਏ ਹੱਥ ਕਿਨਾਰਿਆਂ ਨੂੰ, ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ, ਆਹੇ ਪੂਰਾ ਚਾਲੀ ਉਹ ਹੈ ਵੀਹ ਹਜ਼ਾਰੀ ਜੀ, ਆਹੇ ਪੂਰਾ ਚਾਲੀ ਉਹ ਹੈ ਪੰਜਾਹ ਹਜ਼ਾਰੀ ਜੀ, ਸਵਾ ਲੱਖੀ ਦੋ ਦੂਲਿਆਂ ਨੇ ਨਾ ਘੱਟ ਗਜਾਰੀ ਜੀ, ਧਰਮ ਸਿੰਘ ਜੀ ਸਾਂਭਲ ਵੇਗਾ ਬਰਖ ਬਿਖਾਰਿਆਂ ਨੂੰ, ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ, ਬੁੱਢਾ ਸਿੰਘ ਨੂੰ ਕਹਿੰਦੇ ਇਹ ਦਿੱਲੀ ਦਾ ਰਾਜਾ ਹੈ, ਚੰਬਾ ਸਿੰਘ ਨੂੰ ਲੋਰ ਦੇਣ ਦਾ ਕਰ ਲਿਆ ਵਾਦਾ ਏ, ਉੱਤਮ ਪੂਰਬ ਪੱਛਮ ਵੰਡਤਾ ਪਾਸੇ ਚਾਰਿਆਂ ਨੂੰ, ਉੱਤਮ ਪੂਰਬ ਪੱਛਮ ਵੰਡਤਾ ਪਾਸੇ ਚਾਰਿਆਂ ਨੂੰ, ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ, ਕਾਬਲੇ
ਕਾਬੇ ਤੇ ਕੰਧਾਰਿਆ ਰਾਣ ਤੇ ਮੱਕਾ ਮਦੀਨਾ ਜੀ ਇੰਨੀ ਥਾਈ ਹੋਵਣਗੇ ਸਿੰਘ ਤਖਤ ਨਸ਼ੀਨਾ ਜੀ ਇਸ ਗੰਢਾਈ ਟੁੱਟੀ ਆ ਖੰਡੇ ਦੂ ਤਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਭਾਗ ਕੌਲ ਹੈ ਚੰਡੀ ਭਾਗ ਕੌਲ ਹੈ ਚੰਡੀ ਸਿੱਖ ਪੰਥ ਦੀ ਛੀਣੀ ਏ ਪਰ ਪਰ ਖੱਪਰ ਰੱਤ ਸਿੱਖੀ ਦੁਸ਼ਮਣ ਦੇ ਪੀਣੀ ਏ ਇਸ ਗੰਢਾਈ ਟੁੱਟੀ ਵਾ ਖੰਡੇ ਦੂ ਤਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਮਹਾਂ ਸਿੰਘ ਜਰਨੈਲ ਨੂੰ ਕਹਿਣ ਮਹਾਨ ਹੈ ਸਿੰਘਾ ਤੂੰ ਟੁੱਟੀ ਗੰਢਣ ਖਾਤਿਰ ਵਾਰੀ ਜਾਣ ਹੈ ਸਿੰਘਾ ਤੂੰ ਉਹ ਅੱਗ ਚ ਖਾਂ ਨੂੰ ਲਾਤੀ ਦੇ ਕੇ ਰੁਤਬੇ ਪਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਨ੍ਹੇ ਆਪਣਿਆਂ ਪੁੱਤਰਾਂ ਦਾ ਸੰਸਕਾਰ ਨਹੀਂ ਸੀ ਕੀਤਾ ਪੁੱਤਾਂ ਤੋਂ ਪਿਆਰੇ ਸਮਝ ਕੇ ਭਾਈ ਮਾਨ ਸਿੰਘ ਅਤੇ ਉਹਦੇ ਸਾਥੀਆਂ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣਿਆਂ ਪਾਵਨ ਕਰ ਕਮਲਾਂ ਦੇ ਨਾਲ ਕੀਤਾ ਨਾਲ ਹੀ ਹੁਕਮ ਕੀਤਾ ਇਸ ਇਲਾਕੇ ਦੇ ਰਹਿਣ ਵਾਲੇ ਜਥੇਦਾਰ ਭਾਈ ਲੰਗਰ ਸਿੰਘ ਸਾਹਿਬ ਨੂੰ ਕਿਸ ਧਰਤੀ ਉੱਤੇ ਰੋਜ਼ਾਨਾ ਤੂੰ ਦੀਵਾ ਜਗਾਇਆ ਕਰਨਾ ਝਾੜੂ ਦਿਆ ਕਰਨਾ ਸ਼ਹੀਦਾਂ ਦੀ ਯਾਦ ਕਾਇਮ ਕਰਨੀ ਲੰਗਰ ਲਾਉਣੇ ਤੇ ਮਾਘੀ ਦਾ ਜੋੜ ਮੇਲਾ ਹਰ ਸਾਲ ਇਹਨਾਂ ਮਹਾਨ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਨਾਉਣਾ ਭਾਈ ਲੰਗਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਹੁਕਮ ਦੇ ਨਾਲ ਇਸ ਧਰਤੀ ਦੀ ਸੇਵਾ ਕਰਦਾ ਰਿਹਾ ਇੱਥੇ ਜੋੜ ਮੇਲਾ ਮਨਾਉਂਦਾ ਰਿਹਾ ਉਦੋਂ ਤੋਂ ਲੈ ਕੇ ਇਹਨਾਂ 40 ਮੁਕਤਿਆਂ ਦੀ ਯਾਦ ਵਿੱਚ ਇਹਨਾਂ ਬਹਾਦਰਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਦਾ ਮਾਘੀ ਦਾ ਜੋ ਮਹਾਨ ਮੇਲਾ ਹੈ ਇਸ ਪਾਵਨ ਧਰਤੀ ਉੱਤੇ ਮਨਾਇਆ ਜਾਂਦਾ ਹੈ ਮਾਤਾ ਭਾਗੋ ਇਲਾਜ ਕਰਾਉਣ ਤੋਂ ਬਾਅਦ ਉਹ ਵਧਗੀ ਕਾਇਮ ਹੋ ਗਈ ਕਾਫੀ ਸਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹੀ ਜਦੋਂ ਮੇਰੇ ਦਾਤਾ ਜੀ ਹਜ਼ੂਰ ਸਾਹਿਬ ਗਏ ਨੇ ਉਦੋਂ ਉਸ ਧਰਤੀ ਤੇ ਜਾ ਕੇ ਉਦੋਂ ਵੀ ਅੱਗੇ ਜਾ ਕੇ ਮਾਤਾ ਭਾਗ ਕੌਰ ਨੇ ਆਪਣਾ ਸਰੀਰ ਛੱਡਿਆ ਹੈ ਇਹ ਹੈ ਉਹਨਾਂ ਸੂਰਬੀਰ ਬਹਾਦਰਾਂ ਦੀ ਦਾਸਤਾਨ ਜਿਨ੍ਹਾਂ ਵਿਗੜੀ ਹੋਈ ਆਪਣਾ ਲਹੂ ਡੋਲ ਕੇ ਸਵਾਰ ਲਈ ਜਿਨ੍ਹਾਂ ਟੁੱਟੀ ਹੋਈ ਆਪਣਾ ਪਵਿੱਤਰ ਖੂਨ ਪਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਨਾਲ ਦੁਬਾਰਾ ਕਾਇਮ ਕੀਤੀ ਮੇਰੇ ਸਰਬੰਸਦਾਨੀ ਦਾਤਾ ਜੀ ਨੂੰ ਅੱਗੇ ਬਹੁਤ ਕੰਮ ਹਨ ਸਤਿਗੁਰੂ ਇੱਥੋਂ ਅੱਗੇ ਤੁਰੇ ਨੇ ਅਨੇਕਾਂ ਚੋਜ ਮਹਾਰਾਜ ਨੇ ਕੀਤੇ ਹੈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਜ਼ਿੰਦਗੀ ਦੀ ਇਹ ਆਖਰੀ ਲੜਾਈ ਹੈ ਇਹ 14ਵੀਂ ਜੰਗ ਹੈ ਇਹਦੇ ਵਿੱਚ ਸ਼ਹੀਦ ਸਿੰਘਾਂ ਨੇ ਵੀ ਵਰ ਚੜ ਕੇ ਹਿੱਸਾ ਪਾਇਆ ਮਰਦਾਂ ਦੀ ਤਰ੍ਹਾਂ ਲੜੇ ਹਨ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਵੀ ਆਪਣੀਆਂ ਬਾਹਾਂ ਦਾ ਬਲ ਅਜਮਾਉਣ ਲਈ ਤੀਰ ਅੰਦਾਜ਼ੀ ਦੇ ਵਿੱਚ ਕਮਾਲ ਕਰਕੇ ਵਿਖਾ ਦਿੱਤੀ ਕਿਉਂਕਿ ਕਲਗੀਧਰ ਦੀ ਕਮਾਨ ਵਿੱਚੋਂ ਛੱਡਿਆ ਹੋਇਆ ਤੀਰ ਹਮੇਸ਼ਾ ਹੀ ਨਿਸ਼ਾਨੇ ਉੱਤੇ ਵੱਜਦਾ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਹੈ ਸਾਰੀ ਸੰਗਤ ਪਿਆਰ ਵਿੱਚ ਆਓ ਸਾਡੀਆਂ ਅਤੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।